ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਲੋਅ ਰਜਿਸਟਿਵ ਕੰਡਕਟਿੰਗ ਮਟੀਰੀਅਲ ਸਟੱਡੀ ਕੀਤਾ ਸੀ, ਕਿਹੜੇ ਕਿਹੜੇ ਤਰ੍ਹਾਂ ਦੇ ਲੋਅ ਰਜਿਸਟਿਵ ਕੰਡਕਟਿੰਗ ਮਟੀਰੀਅਲ ਹੁੰਦੇ ਆ, ਕੀ ਯੂਜ਼ ਹੁੰਦਾ, ਕੀ ਪ੍ਰੋਪਰਟੀਜ਼ ਹੁੰਦੀਆਂ, ਕੀ ਐਪਲੀਕੇਸ਼ਨਸ ਹੁੰਦੀਆਂ। ਹਾਈ ਲੋਅ ਰਜਿਸਟਿਵ ਕੰਡਕਟਿੰਗ ਮਟੀਰੀਅਲ ਤੋਂ ਬਾਅਦ ਅੱਜ ਆਪਾਂ ਟੋਪਿਕ ਸਟਾਰਟ ਕਰਨਾ ਹਾਈ ਰਜਿਸਟਿਵ ਕੰਡਕਟਿੰਗ ਮਟੀਰੀਅਲ ਅਤੇ ਇਹਨਾਂ ਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ। ਇਹ ਆਪਾਂ ਇੱਕ ਟੇਬਲ ਹੀ ਬਣਾ ਲੈਣਾ, ਟੇਬਲ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਇੱਕੋ ਵਾਰ ਸਟੱਡੀ ਕਰਵਾ ਦੇਣੇ ਆ ਵੀ ਕਿਹੜੇ ਕਿਹੜੇ ਹੁੰਦੇ ਆ। ਸੋ ਨਾਮ ਤੋਂ ਹੀ ਪਤਾ ਲੱਗਦਾ, ਸਭ ਤੋਂ ਪਹਿਲਾਂ ਤਾਂ ਹਾਈ ਰਜਿਸਟਿਵਿਟੀ ਕੰਡਕਟਿੰਗ ਮਟੀਰੀਅਲ ਕਿਹੜੇ ਮਟੀਰੀਅਲ ਹੋਣਗੇ ਜਿਨ੍ਹਾਂ ਦੀ ਜਿਹੜੀ ਰਜਿਸਟੈਂਸ ਆ ਉਹ ਕੀ ਹੋਊਗੀ, ਬਹੁਤ ਹਾਈ ਹੋਊਗੀ। ਸੋ ਰਜਿਸਟੈਂਸ ਜੇ ਉਹਨਾਂ ਦੀ ਹਾਈ ਹੋਊਗੀ ਤਾਂ ਕੀ ਹੋਊਗਾ, ਉਹ ਮਟੀਰੀਅਲ ਓਬਵੀਅਸ ਜੀ ਗੱਲ ਆ ਵੀ ਕੰਡਕਟਰ ਜਿਹੜੇ ਹੋਣਗੇ ਇੰਨੇ ਵਧੀਆ ਨਹੀਂ ਹੋਣਗੇ। ਬਟ ਫਿਰ ਵੀ ਜਿਹੜਾ ਹੁੰਦਾ ਆ ਉਹਨਾਂ ਦੇ ਕਈ ਇੱਦਾਂ ਦੇ ਆਪਣੀਆਂ ਨੀਡਸ ਹੁੰਦੀਆਂ ਆ ਜਿਹਦੇ ਵਿੱਚ ਆਪਾਂ ਦੀ ਜਿਹੜੀ ਰਜਿਸਟੈਂਸ ਹੁੰਦੀ ਆ ਆਪਾਂ ਨੂੰ ਜ਼ਿਆਦਾ ਦੀ ਲੋੜ ਹੁੰਦੀ ਆ। ਜ਼ਰੂਰੀ ਨਹੀਂ ਹੈ ਕਿ ਹਰ ਵਾਰ ਆਪਾਂ ਨੂੰ ਲੋਅ ਰਜਿਸਟਿਵ ਕੰਡਕਟਿੰਗ ਮਟੀਰੀਅਲ ਦੀ ਹੀ ਲੋੜ ਪਵੇ, ਬਹੁਤ ਜਗ੍ਹਾ ਦੇ ਉੱਪਰ ਆਪਾਂ ਕੀ ਆ ਹਾਈ ਰਜਿਸਟਿਵ ਕੰਡਕਟਿੰਗ ਮਟੀਰੀਅਲਸ ਨੂੰ ਵੀ ਯੂਜ਼ ਕਰਦੇ ਹਾਂ। ਸਭ ਤੋਂ ਵੱਡੀ ਅਤੇ ਸਭ ਤੋਂ ਮੇਨ ਐਗਜ਼ਾਮਪਲ ਜਿਹੜੀ ਆ ਜਿਹੜਾ ਤੁਸੀਂ ਆਪਣੇ ਘਰਾਂ ਦੇ ਵਿੱਚ ਹੀਟਰ ਯੂਜ਼ ਕਰਦੇ ਹਾਂ, ਜਿਹੜੀ ਹੀਟਰ ਦੇ ਵਿੱਚ ਵਾਇਰ ਹੁੰਦੀ ਆ ਉਹ ਨਾਈਕਰੋਮ ਦੀ ਵਾਇਰ ਹੁੰਦੀ ਆ, ਅਤੇ ਉਹ ਜਿਹੜੀ ਵਾਇਰ ਹੁੰਦੀ ਆ ਉਹਦੀ ਰਜਿਸਟੈਂਸ ਬਹੁਤ ਜ਼ਿਆਦਾ ਹੁੰਦੀ ਆ। ਇਹੀ ਵਜ੍ਹਾ ਆ ਕਿ ਉਹ ਜਿਹੜੀ ਰਜਿਸਟੈਂਸ ਹੁੰਦੀ ਆ ਉਹਦੀ ਉਹ ਕੀ ਕਰਦੀ ਆ, ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਕਰਦੀ ਆ। ਉਹ ਜਿਹੜੀ ਹੀਟ ਪ੍ਰੋਡਿਊਸ ਹੋ ਰਹੀ ਉਹ ਕੀ ਹੁੰਦੀ ਆ ਐਕਚੁਅਲ 'ਚ, ਜਿਹੜਾ ਕਰੰਟ ਫਲੋ ਕਰਦਾ ਹੈ ਨਾ ਆਪਣਾ ਉਹਦੇ ਨਾਈਕਰੋਮ ਦੇ ਵਿੱਚ, ਜਦੋਂ ਕਰੰਟ ਫਲੋ ਕਰਦਾ ਤਾਂ ਉਹ ਕਰੰਟ ਨੂੰ ਹੀਟ ਰੋਕਦੀ ਆ, ਜਦੋਂ ਉਹ ਕਰੰਟ ਨੂੰ ਰੋਕਦੀ ਆ ਤਾਂ ਉੱਥੇ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੁੰਦੀ ਆ। ਠੀਕ ਆ, ਜਿਹੜੀ ਰਜਿਸਟੈਂਸ ਹੁੰਦੀ ਆ ਮਟੀਰੀਅਲ ਦੀ ਉਹ ਕਰੰਟ ਨੂੰ ਕੀ ਆ ਅੱਗੇ ਜਾਣ ਤੋਂ ਰੋਕਦੀ ਆ, ਰੋਕਣ ਦੇ ਕਰਕੇ ਕੀ ਹੁੰਦਾ ਉੱਥੇ ਬਹੁਤ ਜ਼ਿਆਦਾ ਆਪਣੇ ਕੋਲ ਹੀਟ ਪ੍ਰੋਡਿਊਸ ਹੋ ਜਾਂਦੀ ਹੈ। ਸੋ ਆਪਣੀ ਨੀਡ ਦੇ ਅਕੋਰਡਿੰਗ ਆਪਾਂ ਮਟੀਰੀਅਲ ਨੂੰ ਯੂਜ਼ ਕਰਦੇ ਹਾਂ, ਜ਼ਰੂਰੀ ਨਹੀਂ ਹੈ ਕਿ ਆਪਾਂ ਹਰ ਵਾਰ ਲੋਅ ਰਜਿਸਟਿਵ ਕੰਡਕਟਿੰਗ ਮਟੀਰੀਅਲ ਹੀ ਯੂਜ਼ ਕਰਾਂਗੇ। ਸੋ ਇਹਨਾਂ ਨੂੰ ਇਸੇ ਕਰਕੇ ਜਿਹੜਾ ਹੈ, ਜਿਹੜੇ ਹਾਈ ਰਜਿਸਟਿਵ ਕੰਡਕਟਿੰਗ ਮਟੀਰੀਅਲ ਨੇ ਇਹਨਾਂ ਨੂੰ ਵੀ ਸਟੱਡੀ ਕਰਨਾ ਬਹੁਤ ਇੰਪੋਰਟੈਂਟ ਆ ਆਪਣੇ ਲਈ। ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿੱਥੇ ਜਿਹੜਾ ਆ ਯੂਜ਼ ਕਰਨੇ ਆ ਇਹ ਮਟੀਰੀਅਲ ਅਤੇ ਕਿਉਂ ਯੂਜ਼ ਕਰਨੇ ਆ। ਸੋ ਇਹਨਾਂ ਦੀ ਰਜਿਸਟੈਂਸ ਜ਼ਿਆਦਾ ਹੋਣ ਕਰਕੇ ਇਹੀ ਵਜ੍ਹਾ ਆ ਕਿ ਆਪਾਂ ਇਹਨਾਂ ਨੂੰ ਕਿਉਂ ਕਿੱਥੇ ਯੂਜ਼ ਕਰਦੇ ਹਾਂ, ਫੋਰ ਮੇਕਿੰਗ ਹੀਟਿੰਗ ਐਲੀਮੈਂਟ ਐਂਡ ਵੇਰੀਅਸ ਡੋਮੈਸਟਿਕ ਐਂਡ ਇੰਡਸਟਰੀਅਲ ਇਕੁਪਮੈਂਟਸ। ਕਾਫੀ ਜਗ੍ਹਾ ਤੇ ਯੂਜ਼ ਕਰਦੇ ਆ, ਰੀਓਸਟੈਟ ਦੀ ਤਰ੍ਹਾਂ ਵੀ ਯੂਜ਼ ਕਰਦੇ ਆ ਜਾਂ ਹੋਰ ਵੀ ਆਪਾਂ ਕਾਫੀ ਮਟੀਰੀਅਲ ਬਣਾਉਂਦੇ ਆ। ਇਹ ਆ ਨਾ ਇੱਕ ਆਪਾਂ ਮੈਂ ਨੈਕਸਟ ਸਲਾਈਡ ਦੇ ਵਿੱਚ ਤੁਹਾਨੂੰ ਦਿਖਾਉਣਾ ਇੱਕ ਨਾ ਟੇਬਲ ਬਣਾਇਆ, ਬਜਾਏ ਇਹਦੇ ਕਿ ਆਪਾਂ ਸਿੰਗਲ ਸਿੰਗਲ ਜਿਹੜਾ ਮਟੀਰੀਅਲ ਆ ਉਹਨੂੰ ਪੜ੍ਹੇ, ਉਹਨੂੰ ਕਰੀਏ ਐਕਸਪਲੇਨ ਕਰੀਏ ਜਾਂ ਉਹਨੂੰ ਬਾ ਇੱਕ ਪੈਰਾਗ੍ਰਾਫ ਦੀ ਫੋਰਮ ਦੇ ਵਿੱਚ ਪੜ੍ਹੀਏ। ਪੈਰਾਗ੍ਰਾਫ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਆਪਾਂ ਇੱਕ ਲਾਈਨ ਯਾਦ ਰੱਖਦੇ ਹਾਂ, ਦੋ ਆਪਾਂ ਨੂੰ ਭੁੱਲ ਜਾਂਦੀ ਹਾਂ। ਠੀਕ ਆ, ਸੋ ਬੈਟਰ ਆ ਕਿ ਆਪਾਂ ਟੈਬੂਲਰ ਫੋਰਮ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਮਟੀਰੀਅਲ ਨੂੰ ਸਟੱਡੀ ਕਰੀਏ, ਤਾਂ ਕਿ ਜੇ ਮੰਨ ਲਓ 8 ਪੁਆਇੰਟ ਆ ਮੇਰੇ ਕੋਲ ਤਾਂ 8 ਪੁਆਇੰਟ ਤੁਸੀਂ ਸਾਰੇ ਚੰਗੀ ਤਰ੍ਹਾਂ ਰੀਡ ਕੀਤੇ ਹੋਣ, ਪੁਆਇੰਟ ਜਿਹੜੇ ਆ ਤੁਹਾਡੇ ਲਈ ਰੀਡ ਕਰਨ ਜਿਹੜੇ ਹੋਣਗੇ ਈਜ਼ੀ ਹੋਣਗੇ, ਤੁਹਾਨੂੰ ਸਟੱਡੀ ਕਰਨਾ ਵੀ ਅੱਗੇ ਈਜ਼ੀ ਹੋਊਗਾ। ਸੋ ਆ ਟੇਬਲ ਤੁਸੀਂ ਸਾਰਿਆਂ ਨੇ ਬਣਾਉਣਾ ਜ਼ਰੂਰ ਆ ਇਹ। ਠੀਕ ਆ, ਇਹਦੇ ਵਿੱਚ ਆਪਾਂ ਸਾਰੇ ਜਿਹੜੇ ਮਟੀਰੀਅਲ ਆ ਲਿਖੇ ਹੋਏ ਆ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਆਪਾਂ ਲਿਖੀਆਂ ਹੋਈਆਂ ਨੇ। ਸੋ ਮਟੀਰੀਅਲ ਜਿਹੜੇ ਆ ਟੋਟਲ ਆਪਣੇ ਕੋਲ ਹੈਗੇ ਆ 6 ਮਟੀਰੀਅਲ ਆ, ਕਿਹੜੇ ਕਿਹੜੇ ਆ, ਮੈਗਨੀਨ, ਕੋਂਸਟੈਂਟਨ, ਨਾਈਕਰੋਮ, ਟੰਗਸਟਨ, ਮਰਕਰੀ ਐਂਡ ਪਲਾਟੀਨਮ। ਇਹਦੇ ਵਿੱਚ ਕੁਛ ਮਟੀਰੀਅਲ ਜਿਹੜੇ ਆ ਤੁਸੀਂ ਸੁਣੇ ਵੀ ਹੋਣਗੇ, ਕੁਛ ਜਿਹੜੇ ਆ ਤੁਹਾਡੇ ਵਾਸਤੇ ਨਵੇਂ ਵੀ ਹੋਣਗੇ, ਬਟ ਆਪਾਂ ਸਾਰਿਆਂ ਨੂੰ ਜਿਹੜਾ ਡਿਸਕਸ ਕਰਨਾ। ਸਭ ਤੋਂ ਪਹਿਲਾਂ ਆਪਾਂ ਕਰਨਾ ਆ ਪਰਟੀਕੁਲਰ ਕੰਪੋਜੀਸ਼ਨ। ਕੰਪੋਜੀਸ਼ਨ ਦਾ ਮਤਲਬ ਹੁੰਦਾ ਕਿ ਕਿਹੜੇ ਕਿਹੜੇ ਮਟੀਰੀਅਲ ਨੂੰ ਮਿਲਾ ਕੇ ਜਿਹੜਾ ਆ ਮੇਰੇ ਕੋਲ ਮਟੀਰੀਅਲ ਬਣਿਆ ਆ। ਮੈਗਨੀਨ ਕਿੱਦਾਂ ਬਣਿਆ ਆ ਮੇਰੇ ਕੋਲ, ਮੈਗਨੀਨ ਜਿਹੜਾ ਮਟੀਰੀਅਲ ਹੁੰਦਾ ਨਾ ਹੁਣ ਇਹਦੇ ਵਿੱਚ 76% ਜਿਹੜਾ ਆ ਮੈਗਨੀਸ਼ੀਅਮ ਹੁੰਦਾ, 76% ਇਹਦੇ ਵਿੱਚ ਕਾਪਰ ਹੁੰਦਾ, CU 76% ਕਾਪਰ, ਯਾਨੀ ਕਿ ਬੇਸ ਮਟੀਰੀਅਲ ਕੀ ਹੋਇਆ ਇਹਦੇ ਵਿੱਚ ਕਾਪਰ ਹੋਇਆ। ਉਸ ਤੋਂ ਬਾਅਦ 12% ਪੈਂਦਾ ਮੈਗਨੀਜ਼, ਇਹ ਫੁੱਲ ਫੋਰਮ ਲਿਖ ਲਿਓ ਮੈਗਨੀਜ਼, 12% ਮੈਗਨੀਜ਼, ਅਤੇ ਉਸ ਤੋਂ ਬਾਅਦ 2% ਜਿਹੜਾ ਆ ਨਿਕਲ ਪੈਂਦਾ ਇਹਦੇ ਵਿੱਚ। ਉਸ ਤੋਂ ਬਾਅਦ ਕੋਂਸਟੈਂਟਨ ਦੀ ਜੇ ਮੈਂ ਐਗਜ਼ਾਮਪਲ ਲਵਾਂ, ਕੋਂਸਟੈਂਟਨ ਦੇ ਵਿੱਚ ਕਾਪਰ ਜਿਹੜਾ ਹੁੰਦਾ 60% ਹੁੰਦਾ, ਜਿਹੜਾ ਨਿਕਲ ਹੁੰਦਾ ਉਹ ਹੁੰਦਾ ਇਹਦੇ ਵਿੱਚ 40%। ਸੋ ਕਾਪਰ 60%, ਨਿਕਲ 40%। ਨੈਕਸਟ ਬਹੁਤ ਇੰਪੋਰਟੈਂਟ ਆ ਇਹ ਨਾਈਕਰੋਮ। ਨਾਈਕਰੋਮ ਦੇ ਵਿੱਚ ਨਿਕਲ ਹੁੰਦਾ 60% ਅਤੇ ਕ੍ਰੋਮੀਅਮ ਜਿਹੜਾ ਹੁੰਦਾ ਹੁੰਦਾ 15%, ਉਸ ਤੋਂ ਬਾਅਦ ਆਇਰਨ 3% ਅਤੇ ਮੈਗਨੀਜ਼ ਹੁੰਦਾ ਉਹਦੇ ਵਿੱਚ 2%। ਟੰਗਸਟਨ ਜਿਹੜਾ ਹੁੰਦਾ ਇਹ ਇਹਦੀ ਕੰਪੋਜੀਸ਼ਨ ਨਹੀਂ ਹੁੰਦੀ, ਇਹ ਡਾਇਰੈਕਟ ਮਿਲਦਾ। ਮਰਕਰੀ ਜਿਹੜਾ ਹੁੰਦਾ, ਹਾਂ ਮਰਕਰੀ ਦੇ ਵਿੱਚ 70% ਜਿਹੜਾ ਹੁੰਦਾ ਮੈਟਲ ਹੋ ਸਕਦਾ, ਅਤੇ 30% ਉਹਦੇ ਵਿੱਚ ਕੀ ਹੁੰਦੇ ਆ ਸਿਲੀਕੇਟਸ ਹੁੰਦੇ ਆ। ਇਹ ਗੱਲ ਯਾਦ ਰੱਖਿਓ, ਮਰਕਰੀ ਤੁਸੀਂ ਦੇਖਿਆ ਹੋਣਾ ਤੁਹਾਡੇ ਥਰਮਾਮੀਟਰ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਮਰਕਰੀ ਹੀ ਹੁੰਦੀ, ਲੀਕੁਡ ਮੈਟਲ ਵੀ ਆਪਾਂ ਇਹਨੂੰ ਕਹਿੰਦੇ ਨੇ। ਸੋ ਇੱਥੇ ਤੁਸੀਂ ਦੇਖੋ ਮਰਕਰੀ ਜਿਹੜਾ ਇਹਦੀ ਕੰਪੋਜੀਸ਼ਨ 'ਚ ਆਪਾਂ ਲਿਖਿਆ ਵੀ 70% ਮੈਟਲ, ਐਕਚੁਅਲ ਜਿਹੜਾ ਮਰਕਰੀ ਹੁੰਦਾ ਨਾ ਇਹ ਵੀ ਆਪਾਂ ਨੂੰ ਕੀ ਆ ਨੈਚੁਰਲ ਫਾਰਮ ਦੇ ਵਿੱਚ ਹੀ ਮਿਲਦਾ, ਮਰਕਰੀ ਹੀ ਮਿਲਦਾ ਜਿੱਦਾਂ ਆਪਾਂ ਨੂੰ ਬਾਕੀ ਮਿਲਦੇ ਆ ਲੈਡ
ਲੈਡ ਵਗੈਰਾ ਮਿਲਦੇ ਆ ਨਾ, ਲੈਡ ਅਤੇ ਜ਼ਿੰਕ ਮਿਲਦੇ, ਉੱਦਾਂ ਮਰਕਰੀ ਵੀ ਆਪਾਂ ਨੂੰ ਔਰ ਹੀ ਮਿਲਦੀ ਆ, ਮਰਕਰੀ ਕਲੋਰਾਈਡ ਡਾਇਰੈਕਟਲੀ ਮਿਲਦਾ ਆ। ਸੋ ਮਰਕਰੀ ਦੇ ਵਿੱਚ 70% ਜਿਹੜਾ ਹੁੰਦਾ ਮੈਟਲ ਹੁੰਦਾ ਅਤੇ ਬਾਕੀ 30% ਇਹਦੇ ਵਿੱਚ ਸਿਲੀਕੇਟਸ ਹੁੰਦੇ ਆ। ਜਿਹੜਾ ਪਲਾਟੀਨਮ ਹੁੰਦਾ ਆ, ਪਲਾਟੀਨਮ ਵੀ ਜਿਹੜਾ ਇਹਨੂੰ ਵੀ ਐਕਸਟ੍ਰੈਕਟ ਕਰਨਾ ਬਹੁਤ ਮੁਸ਼ਕਿਲ ਹੁੰਦਾ। ਸੋ ਪਲਾਟੀਨਮ ਦੀ ਜਿਹੜੀ ਜਿਹੜੀ ਹੁੰਦੀ ਆ ਆਪਣੇ ਐਕਸਟ੍ਰੈਕਟ ਕਿੱਦਾਂ ਕਰਦੇ ਆ, ਕੰਪੋਜੀਸ਼ਨ ਬੇਸਿਕਲੀ ਸਿਲੀਕੋਨ ਜਿਹੜਾ ਹੁੰਦਾ ਆਪਣੀ ਸੈਂਡ ਹੁੰਦੀ ਹੈ ਨਾ, ਸੈਂਡ ਦੇ ਵਿੱਚ ਸਿਲੀਕੋਨ ਅਤੇ ਉਹਦੇ ਵਿੱਚ ਕੁਛ ਬਹੁਤ ਘੱਟ ਕੰਟੈਂਟ ਪਲਾਟੀਨਮ ਦਾ ਹੁੰਦਾ। ਉਹ ਕੀ ਕਰਦੇ ਆ, ਉਹਨੂੰ ਬਹੁਤ ਜ਼ਿਆਦਾ ਗਰਮ ਕਰਦੇ ਆ, ਪਿਘਲਾਉਂਦੇ ਆ, ਫਿਰ ਉਹਦੇ ਵਿੱਚੋਂ ਅਲੱਗ ਅਲੱਗ ਸਿਲੀਕੋਨ ਅਲੱਗ ਕਰ ਲੈਂਦੇ ਆ, ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨੂੰ ਅਲੱਗ ਕਰ ਲੈਂਦੇ ਆ, ਅਤੇ ਬਹੁਤ ਘੱਟ ਆਪਾਂ ਨੂੰ ਜਿਹੜਾ ਪਲਾਟੀਨਮ ਮਿਲਦਾ। ਇਸੇ ਕਰਕੇ ਜਿਹੜਾ ਪਲਾਟੀਨਮ ਹੁੰਦਾ ਬਹੁਤ ਮਹਿੰਗਾ ਹੁੰਦਾ, ਕਿਉਂਕਿ ਇੱਕ ਤਾਂ ਪਲਾਟੀਨਮ ਨੂੰ ਐਕਸਟ੍ਰੈਕਟ ਕਰਨਾ ਜਿਹੜਾ ਆਪਣੇ ਆਪ 'ਚ ਬਹੁਤ ਚੈਲੇਂਜਿੰਗ ਹੁੰਦਾ, ਬਹੁਤ ਮੁਸ਼ਕਿਲ ਹੁੰਦਾ ਪਲਾਟੀਨਮ ਨੂੰ ਐਕਸਟ੍ਰੈਕਟ ਕਰਨਾ। ਅਤੇ ਸੈਕਿੰਡ ਇਹ ਮਿਲਦਾ ਵੀ ਆਪਾਂ ਨੂੰ ਬਹੁਤ ਘੱਟ ਆ, ਬਹੁਤ ਰੇਅਰ ਆਈਟਮ ਹੁੰਦੀ ਆ, ਇਹ ਮਹਿੰਗਾ ਵੀ ਬਹੁਤ ਹੁੰਦਾ ਪਲਾਟੀਨਮ ਦੀ। ਇਸੇ ਕਰਕੇ ਪਲਾਟੀਨਮ ਨੂੰ ਜਵੈਲਰੀ ਵਗੈਰਾ ਬਣਾਉਣ ਵਾਸਤੇ ਹੀ ਯੂਜ਼ ਕਰਦੇ ਹਾਂ। ਸੋ ਇਹ ਸੀਗੀ ਇਹਨਾਂ ਦੀ ਛੇਆਂ ਦੀ ਕੰਪੋਜੀਸ਼ਨ। ਜੇ ਮੈਂ ਵਰਕਿੰਗ ਟੈਂਪਰੇਚਰ ਦੀ ਗੱਲ ਕਰਾਂ, ਵਰਕਿੰਗ ਟੈਂਪਰੇਚਰ ਦਾ ਮਤਲਬ ਆ ਕਿ ਆਪਣੀਆਂ ਪ੍ਰੋਪਰਟੀ ਜਾਂ ਆਪਣੇ ਰਿਜ਼ਿਸਟੈਂਸ ਨੂੰ ਜਾਂ ਆਪਣੀ ਸ਼ੇਪ ਨੂੰ ਚੇਂਜ ਕੀਤੇ ਕੀਤੇ ਕਿੰਨੇ ਟੈਂਪਰੇਚਰ ਤੱਕ ਉਹ ਜਿਹੜਾ ਮਟੀਰੀਅਲ ਆ ਉਹ ਕੰਮ ਕਰ ਸਕਦਾ। ਸੋ ਜਿਹੜਾ ਵਰਕਿੰਗ ਟੈਂਪਰੇਚਰ ਹੁੰਦਾ, ਮੈਗਨੀਨ ਦਾ 75 ਡਿਗਰੀ ਸੈਲਸੀਅਸ ਹੁੰਦਾ, ਕੋਂਸਟੈਂਟਿਨ ਦਾ 500 ਹੁੰਦਾ, ਨਾਈਕਰੋਮ ਜਿਹੜਾ ਹੁੰਦਾ 1000 ਡਿਗਰੀ ਸੈਲਸੀਅਸ ਹੁੰਦਾ। ਦੇਖੋ ਨਾਈਕਰੋਮ ਦਾ ਜਿਹੜਾ ਆਪਣਾ ਵਰਕਿੰਗ ਟੈਂਪਰੇਚਰ ਆ ਬਹੁਤ ਜ਼ਿਆਦਾ, ਯਾਨੀ ਕਿ ਜੇ 1000 ਡਿਗਰੀ ਸੈਲਸੀਅਸ ਤੱਕ ਵੀ ਆਪਾਂ ਇਹਨੂੰ ਗਰਮ ਕਰ ਲਈਏ ਤਾਂ ਇਹ ਆਪਣਾ ਕੰਮ ਜਿਹੜਾ ਬੜੇ ਆਰਾਮ ਨਾਲ ਕਰ ਸਕਦਾ ਹੈ, ਕੋਈ ਵੀ ਇਹਦਾ ਜਿਹੜਾ ਆ ਮਕੈਨੀਕਲ ਜਾਂ ਇਲੈਕਟ੍ਰੀਕਲ ਪ੍ਰੋਪਰਟੀਜ਼ ਦੇ ਵਿੱਚ ਚੇਂਜ ਨਹੀਂ ਆਊਗਾ 1000 ਡਿਗਰੀ ਸੈਲਸੀਅਸ ਤੱਕ। ਇੱਦਾਂ ਟੰਗਸਟਨ ਵੀ ਬਹੁਤ ਵਧੀਆ, ਟੰਗਸਟਨ ਦੀ ਵੀ ਵਰਕਿੰਗ ਟੈਂਪਰੇਚਰ 2000 ਡਿਗਰੀ ਸੈਲਸੀਅਸ ਆ, ਮਰਕਰੀ ਦਾ 427 ਡਿਗਰੀ ਸੈਲਸੀਅਸ ਤੱਕ ਇਹ ਵਧੀਆ ਕੰਮ ਕਰ ਸਕਦਾ, ਇਹ ਲਿਕੁਇਡ ਫਾਰਮ ਦੇ ਵਿੱਚ ਹੀ ਹੁੰਦਾ ਮਰਕਰੀ। ਪਲਾਟੀਨਮ ਜਿਹੜਾ ਆ ਪਲਾਟੀਨਮ 1200 ਡਿਗਰੀ ਦਾ ਕੰਮ ਕਰ ਸਕਦਾ। ਇੱਦਾਂ ਮੈਲਟਿੰਗ ਪੁਆਇੰਟ ਦੀ ਜੇ ਮੈਂ ਗੱਲ ਕਰਾਂ, ਮੈਂਗਨੀਨ ਜਿਹੜਾ ਆ 100 ਡਿਗਰੀ 'ਤੇ ਜਾ ਕੇ ਕੀ ਹੁੰਦਾ, ਮੈਲਟ ਹੋ ਜਾਂਦਾ। ਕੋਂਸਟੈਂਟਿਨ ਜਿਹੜਾ ਆ 500 ਡਿਗਰੀ ਤੱਕ ਵਰਕਿੰਗ ਸਹੀ ਰਹਿੰਦੀ ਇਹਦੀ, ਅਤੇ ਮੈਲਟਿੰਗ ਕੀ ਹੁੰਦੀ ਹੈ 1210 'ਤੇ। ਨਾਈਕਰਮ 1400 ਡਿਗਰੀ 'ਤੇ ਮੈਲਟ ਕਰਦਾ, ਟੰਗਸਟਨ 3300 'ਤੇ। ਹੁਣ ਮਰਕਰੀ ਦਾ ਮੈਲਟਿੰਗ ਪੁਆਇੰਟ ਹੈ ਨਹੀਂ ਗਾ, ਕਿਉਂ ਹੈ ਨਹੀਂ ਗਾ, ਕਿਉਂਕਿ ਮਰਕਰੀ ਆਪਾਂ ਨੂੰ ਮਿਲਦਾ ਹੀ ਮੈਲਟਿੰਗ ਸਟੇਟ ਦੇ ਵਿੱਚ ਆ। ਮਰਕਰੀ ਜਿਹੜਾ ਆ ਆਲਰੇਡੀ ਕੀ ਆ, ਲਿਕੁਇਡ ਮੈਟਲ ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ, ਇਹ ਆਲਰੇਡੀ ਕੀ ਆ ਲਿਕੁਇਡ ਫਾਰਮ ਦੇ ਵਿੱਚ, ਇਸ ਕਰਕੇ ਇਹਦਾ ਕੋਈ ਮੈਲਟਿੰਗ ਪੁਆਇੰਟ ਨਹੀਂ ਹੈ। ਸੋ ਹਾਂ, ਇਹਦਾ ਬੋਇਲਿੰਗ ਪੁਆਇੰਟ ਜ਼ਰੂਰ ਹੈ, 600 ਡਿਗਰੀ ਸੈਲਸੀਅਸ ਤੱਕ ਇਹਦਾ ਬੋਇਲਿੰਗ ਪੁਆਇੰਟ ਹੁੰਦਾ। ਉਸ ਤੋਂ ਬਾਅਦ 'ਚ ਪਲਾਟੀਨਮ ਦਾ ਜਿਹੜਾ ਹੁੰਦਾ ਮੈਲਟਿੰਗ ਪੁਆਇੰਟ 1775 ਡਿਗਰੀ ਸੈਲਸੀਅਸ ਹੁੰਦਾ। ਉਸ ਤੋਂ ਬਾਅਦ 'ਚ ਮੇਰੇ ਕੋਲ ਆ ਜਾਂਦੀ ਹੈ ਸਪੈਸੀਫਿਕ ਗ੍ਰੈਵਿਟੀ। ਸਪੈਸੀਫਿਕ ਗ੍ਰੈਵਿਟੀ ਵੀ ਇੱਕ ਤਰ੍ਹਾਂ ਹੁੰਦਾ ਵੀ ਮਟੀਰੀਅਲ ਕਿੰਨਾ ਸੰਘਣਾ, ਤੁਹਾਨੂੰ ਦੱਸਿਆ ਵੀ ਸੀਗਾ ਵੀ ਜੇ ਤਾਂ ਕਿਸੇ ਮਟੀਰੀਅਲ ਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਆ ਉਹ 1 ਤੋਂ ਘੱਟ ਹੋਊਗੀ ਤਾਂ ਉਹ ਕੀ ਆ ਪਾਣੀ ਦੇ ਉੱਪਰ ਫਲੋਟ ਕਰੂਗਾ, ਜੇ 1 ਤੋਂ ਜ਼ਿਆਦਾ ਤਾਂ ਉਹ ਪਾਣੀ ਦੇ ਵਿੱਚ ਕੀ ਹੋਊਗਾ, ਡੁੱਬ ਜਾਊਗਾ। ਉੱਦਾਂ ਮੈਗਨੀਨ ਦੀ ਕੀ ਹੁੰਦੀ ਹੈ 8.5 ਹੁੰਦੀ ਆ, ਕਾਪਰ ਦੀ ਵੀ ਸੇਮ ਹੀ ਹੁੰਦੀ 8.5, ਕੋਂਸਟੈਂਟਿਨ ਦੀ 8.88, ਨਾਈਕਰੋਮ ਦੀ ਵੀ 8.5 ਸੇਮ ਐਜ਼ ਮੈਗਨੀਜ਼, ਟੰਗਸਟਨ ਦੀ 3.2, ਮਰਕਰੀ ਦੀ 13.5। ਸੋ ਮਰਕਰੀ ਵੀ ਜਿਹੜਾ ਹੈ ਇਹ ਵੀ ਪਾਣੀ ਦੇ ਵਿੱਚ ਕੀ ਆ ਬੇਸ ਦੇ ਉੱਪਰ ਚਲਾ ਜਾਊਗਾ। ਪਲਾਟੀਨਮ ਦੀ ਜਿਹੜੀ ਸਪੈਸੀਫਿਕ ਗ੍ਰੈਵਿਟੀ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਆ, ਦੇਖੋ 21.4 ਸਭ ਤੋਂ ਜ਼ਿਆਦਾ ਜਿਹੜੀ ਆ ਸਪੈਸੀਫਿਕ ਗ੍ਰੈਵਿਟੀ ਉਹ ਪਲਾਟੀਨਮ ਦੀ ਹੀ ਆ। ਨੈਕਸਟ ਜੇ ਮੈਂ ਰਜਿਸਟਿਵਿਟੀ ਦੀ ਗੱਲ ਕਰਾਂ ਤਾਂ ਰਜਿਸਟਿਵਿਟੀ ਦੇਖੋ ਇਹਦੇ ਵਿੱਚ ਸਾਰਿਆਂ ਦੀ ਲਿਖੀ ਹੋਈ ਆ, ਓਮ ਮੀਟਰ ਦੇ ਵਿੱਚ ਹੁੰਦੀ ਆ ਜਿਹੜੀ ਰਜਿਸਟਿਵਿਟੀ ਹੁੰਦੀ ਆ, ਯਾਦ ਰੱਖਿਓ ਯੂਨਿਟ ਓਮ ਮੀਟਰ। ਓਮ ਮੀਟਰ ਦਾ ਕੀ ਮਤਲਬ ਹੈ, 1 ਮੀਟਰ ਲੈਂਥ ਦੇ ਵਿੱਚ ਉਹਦੀ ਕਿੰਨੀ ਰਜਿਸਟੈਂਸ ਆ। ਮੈਗਨੀਨ ਦੀ 48 ਮਲਟੀਪਲਾਈ ਬਾਈ 10⁻⁸, ਕੋਂਸਟੈਂਟਿਨ ਦੀ 15 × 10⁻⁸, ਨਾਈਕਰੋਮ ਦੀ 100 × 10⁻⁸, ਟੰਗਸਟਨ ਦੀ 56 × 10⁻⁸, ਮਰਕਰੀ ਦੀ 0.95 × 10⁻⁸, ਅਤੇ ਪਲਾਟੀਨਮ ਦੀ 0.12 × 10⁻⁸। ਸਭ ਤੋਂ ਘੱਟ ਇਹਦੀ ਹੋਈ, ਪਲਾਟੀਨਮ ਦੀ ਸਭ ਤੋਂ ਘੱਟ ਹੋਈ, ਮਾਈਨਸ ਦੇ ਵਿੱਚ ਆ ਰਹੇ ਨਾ ਆਪਾਂ। ਨੈਕਸਟ ਟੈਂਪਰੇਚਰ ਆਫ ਕੋਫੀਸ਼ੀਐਂਟ, ਟੈਂਪਰੇਚਰ ਆਫ ਕੋਫੀਸ਼ੀਐਂਟ ਹੁੰਦਾ ਕਿ ਟੈਂਪਰੇਚਰ ਦੇ ਚੇਂਜ ਹੋਣ ਨਾਲ ਮੇਰੀ ਮਟੀਰੀਅਲ ਦੇ ਰਜਿਸਟਿਵਿਟੀ 'ਤੇ ਕੀ ਇਫੈਕਟ ਪਊਗਾ, ਜੇ ਮੈਂ ਟੈਂਪਰੇਚਰ ਚੇਂਜ ਕਰ ਦੇਵਾਂ ਤਾਂ ਰਜਿਸਟਿਵਿਟੀ 'ਤੇ ਕੀ ਇਫੈਕਟ ਪਊਗਾ। ਸੋ ਸਭ ਤੋਂ ਘੱਟ ਇਫੈਕਟ ਕਿਹਦੇ 'ਤੇ ਪਊਗਾ, ਜੇ ਦੇਖਿਆ ਜਾਵੇ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਘੱਟ ਇਫੈਕਟ ਪਊਗਾ ਟੰਗਸਟਨ ਦੇ ਉੱਪਰ, ਠੀਕ ਹੈ, ਇਹ 48 ਆ ਨਾ, ਨਹੀਂ ਇਹ 'ਤੇ ਪਲਾਟੀਨਮ ਦੇ ਉੱਪਰ ਸਭ ਤੋਂ ਘੱਟ ਇਫੈਕਟ ਪਊਗਾ 0.003, ਠੀਕ ਆ। ਸੋ ਟੈਂਪਰੇਚਰ ਕੋਫੀਸ਼ੀਐਂਟ ਸਿੰਪਲੀ ਹੁੰਦਾ ਵੀ ਜੇ ਮੇਰਾ ਟੈਂਪਰੇਚਰ ਮੰਨ ਲਓ ਵਧਿਆ ਆ ਤਾਂ ਮੇਰੇ ਮੈਗਨੀਨ ਜਿਹੜਾ ਆ ਉਹਦੀ ਰਜਿਸਟਿਵਿਟੀ ਘਟੂਗੀ ਵਧੂਗੀ, ਇਹ ਚੀਜ਼ ਹੁੰਦੀ ਆ। ਟੈਂਪਰੇਚਰ ਵਧਿਆ ਵੈਸੇ ਜਿਹੜੀ ਕੰਡਕਟਰ ਹੁੰਦੇ ਆ ਜਿਹੜੇ ਮੈਗਨੀਨ ਕੋਂਸਟੈਂਟਿਨ ਨਾਈਕਰੋਮ ਵਗੈਰਾ ਇਹ ਸਾਰੇ ਕੀ ਹੁੰਦੇ ਆ, ਇਹ ਕੰਡਕਟਰ ਹੁੰਦੇ ਆ। ਸੋ ਓਬਵੀਅਸਲੀ ਗੱਲ ਆ ਵੀ ਇਹਦਾ ਜਿਹੜਾ ਜੇ ਆਪਾਂ ਇਹਨਾਂ ਦਾ ਟੈਂਪਰੇਚਰ ਵਧਾਵਾਂਗੇ ਤਾਂ ਇਹਦਾ ਕੀ ਹੋਊਗਾ, ਇਹਦੀ ਜਿਹੜੀ ਰਜਿਸਟੈਂਸ ਹੋਊਗੀ ਉਹ ਕੀ ਹੋਊਗੀ, ਇਨਕਰੀਜ਼ ਹੋਊਗੀ। ਸੋ ਇਹਨਾਂ ਦਾ ਆਪਾਂ ਕੀ ਕਹਿੰਦੇ ਹਾਂ ਵੀ ਇਹਨਾਂ ਦਾ ਪੋਜ਼ਿਟਿਵ ਟੈਂਪਰੇਚਰ ਆਫ ਕੋਫੀਸ਼ੀਐਂਟ ਆ, ਯਾਦ ਰੱਖਿਓ ਇਸ ਚੀਜ਼ ਨੂੰ। ਜਿਹੜੇ ਆਪਣੇ ਕੰਡਕਟਰ ਹੁੰਦੇ ਆ ਜਾਂ ਮੈਟਲ ਆ, ਇਹਨਾਂ ਦਾ ਜਿਹੜਾ ਟੈਂਪਰੇਚਰ ਆਫ ਕੋਫੀਸ਼ੀਐਂਟ ਹੁੰਦਾ ਉਹ ਹਮੇਸ਼ਾ ਪੋਜ਼ਿਟਿਵ ਹੁੰਦਾ, ਦੇਖੋ ਕਿਸੇ ਦਾ ਵੀ ਇੱਥੇ ਨੈਗੇਟਿਵ ਨਹੀਂ ਆ, ਸਾਰਿਆਂ ਦਾ ਪੋਜ਼ਿਟਿਵ ਟੈਂਪਰੇਚਰ ਆਫ ਕੋਫੀਸ਼ੀਐਂਟ ਆ। ਸੋ ਇਹਨਾਂ ਦਾ ਮੈਗਨੀਨ ਦਾ ਕੋਂਸਟੈਂਟ ਸਾਰਿਆਂ ਦਾ ਇੱਥੇ ਲਿਖਿਆ ਹੋਇਆ, ਤੁਸੀਂ ਆਪਣੀ ਨੋਟਬੁੱਕਸ ਦੇ ਉੱਪਰ ਨੋਟ ਕਰ ਲਈ ਟੈਂਪਰੇਚਰ ਆਫ ਕੋਫੀਸ਼ੀਐਂਟ, ਇਹ ਵੀ ਯਾਦ ਰੱਖਿਓ ਟੈਂਪਰੇਚਰ ਦੇ ਚੇਂਜ ਹੋਣ ਨਾਲ ਕੀ ਇਫੈਕਟ ਆਇਆ ਮੇਰੀ ਰਜਿਸਟੈਂਸ। ਨੈਕਸਟ ਮੇਰੇ
ਕੋਲ ਆ ਜਾਂਦਾ ਐਟੋਮਿਕ ਨੰਬਰ। ਐਟੋਮਿਕ ਨੰਬਰ ਕੀ ਹੁੰਦਾ ਕਿ ਉਹਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਆ। ਨੰਬਰ ਆਫ ਇਲੈਕਟ੍ਰੋਨਸ ਅਤੇ ਪ੍ਰੋਟੋਨ ਸੇਮ ਹੀ ਹੁੰਦੇ ਆ ਵੈਸੇ, ਮਤਲਬ ਕਿ ਨੰਬਰਸ ਦੋਨਾਂ ਦੇ ਵੈਸੇ ਦੋਨੋਂ ਅਲੱਗ ਅਲੱਗ ਚੀਜ਼ਾਂ, ਪ੍ਰੋਟੋਨ 'ਤੇ ਪੋਜ਼ਿਟਿਵ ਚਾਰਜ ਹੁੰਦਾ, ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ, ਬਟ ਨੰਬਰਸ ਵਿੱਚ ਦੋਨੋਂ ਸੇਮ ਹੁੰਦੇ ਆ। ਸੋ ਐਟੋਮਿਕ ਨੰਬਰ ਜਿਹੜਾ ਹੁੰਦਾ ਮੇਰੇ ਕੋਲ, ਮੈਗਨੀਨ ਦਾ ਜਿਹੜਾ ਹੁੰਦਾ ਉਹ ਹੁੰਦਾ 12, ਜਿਹੜਾ ਮੇਰੇ ਕੋਲ ਕੋਨਸਟੈਂਟਿਨ ਹੁੰਦਾ ਉਹਦਾ ਹੁੰਦਾ 28, ਨਾਈਕ੍ਰੋਮ ਦਾ ਹੁੰਦਾ 26, ਟੰਗਸਟਨ ਦਾ ਹੁੰਦਾ 74, ਮਰਕਰੀ ਦਾ 80, ਅਤੇ ਸਭ ਤੋਂ ਜ਼ਿਆਦਾ ਜਿਹੜਾ ਐਟੋਮਿਕ ਨੰਬਰ ਹੁੰਦਾ ਉਹ ਹੁੰਦਾ ਪਲਾਟੀਨਮ ਦਾ, ਯਾਨੀ ਕਿ ਸਭ ਤੋਂ ਜ਼ਿਆਦਾ ਇਲੈਕਟ੍ਰੋਨਸ ਅਤੇ ਸਭ ਤੋਂ ਜ਼ਿਆਦਾ ਪ੍ਰੋਟੋਨਸ ਕਿੱਥੇ ਹੋਣਗੇ ਪਲਾਟੀਨਮ ਦੇ ਵਿੱਚ, ਕਿਉਂਕਿ ਐਟੋਮਿਕ ਨੰਬਰ ਕੀ ਆ, ਜਿੰਨੇ ਨੰਬਰ ਆਫ ਇਲੈਕਟ੍ਰੋਨਸ ਆ ਮੇਰੇ ਕੋਲ, ਜਿੰਨੇ ਵੀ ਐਟੋਮਿਕ ਐਟਮ ਦੇ ਵਿੱਚ ਜਿੰਨੇ ਨੰਬਰ ਆਫ ਇਲੈਕਟ੍ਰੋਨਸ ਹੋਣਗੇ ਉਹੀ ਇਹਦਾ ਕੀ ਹੋਊਗਾ ਐਟੋਮਿਕ ਨੰਬਰ, ਅਤੇ ਜਿੰਨੇ ਨੰਬਰ ਆਫ ਇਲੈਕਟ੍ਰੋਨਸ ਹੋਣਗੇ ਉੰਨੇ ਨੰਬਰ ਆਫ ਪ੍ਰੋਟੋਨਸ ਵੀ ਹੋਣਗੇ। ਨੈਕਸਟ ਮੇਰੇ ਕੋਲ ਇਹਦਾ ਐਪਲੀਕੇਸ਼ਨ ਵੀ, ਇਹਨਾਂ ਨੂੰ ਆਪਾਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ ਇਹ ਤੁਹਾਨੂੰ ਇਮੇਜਸ ਵੀ ਮੈਂ ਦਿਖਾ ਦੂੰਗਾ ਨਾਲ ਦੀ ਨਾਲ। ਸਭ ਤੋਂ ਪਹਿਲਾਂ ਮੇਰੇ ਕੋਲ ਆ ਜਾਂਦਾ ਮੈਗਨੀਨ। ਮੈਗਨੀਨ ਜਿਹੜਾ ਹੁੰਦਾ ਉਹਨੂੰ ਰਜਿਸਟੈਂਸ ਅਤੇ ਸ਼ੰਟ ਬਣਾਉਣ ਵਾਸਤੇ ਯੂਜ਼ ਕਰਦੇ। ਸ਼ੰਟ ਵਗੈਰਾ ਦੇ ਬਾਰੇ ਤੁਸੀਂ ਫਿਜਿਕਸ 2 ਦੇ ਵਿੱਚ ਵੀ ਪੜ੍ਹਿਆ ਹੋਣਾ। ਸ਼ੰਟ ਕੀ ਹੁੰਦੇ ਆ, ਜਿਹੜੇ ਮੇਰੇ ਐਮੀਟਰ ਦੀ ਰੇਂਜ ਨੂੰ ਵਧਾਉਂਦੇ ਆ। ਇੱਦਾਂ ਹੀ ਇੱਕ ਮਲਟੀਪਲਾਇਰ ਹੁੰਦੇ ਆ, ਮਲਟੀਪਲਾਇਰ ਕੀ ਕਰਦੇ ਆ, ਮੇਰੇ ਜਿਹੜਾ ਵੋਲਟਮੀਟਰ ਹੁੰਦਾ ਉਹਦੀ ਰੇਂਜ ਨੂੰ ਵਧਾਉਂਦੇ ਆ। ਸੋ ਆਹ ਦੇਖੋ, ਆਹ ਮੇਰੇ ਕੋਲ ਸ਼ੰਟ ਨੇ ਠੀਕ ਆ, ਅਤੇ ਆਹ ਮੇਰੇ ਕੋਲ ਦੇਖੋ ਮਾਈਕਰੋ ਐਮਪੀਅਰ ਮੀਟਰ ਪਿਆ ਆ, ਠੀਕ ਆ। ਮਾਈਕਰੋ ਐਮਪੀਅਰ ਮੀਟਰ ਜਿਹੜਾ, ਜੇ ਮੈਂ ਇਹਦੇ ਨਾਲ ਹੁਣ ਸ਼ੰਟ ਨੂੰ ਲਾ ਦੂੰਗਾ ਤਾਂ ਕੀ ਆ ਇਹ ਅੱਗੇ ਦੇਖੋ ਪਲੱਸ ਮਾਈਨਸ 3.5 ਮਾਈਕਰੋ ਐਮਪੀਅਰ ਦਾ ਫਰਕ ਪਾਊਗਾ, ਡਿਫਰੈਂਸ ਪਾਊਗਾ। ਸੋ ਇਹੀ ਆ ਵੀ ਸ਼ੰਟ, ਯਾਦ ਰੱਖਿਓ ਵੀ ਸ਼ੰਟ ਜਿਹੜਾ ਹੁੰਦਾ ਇਹ ਕੀ ਕਰਦਾ, ਇਹ ਐਮੀਟਰ ਦੀ ਰੇਂਜ ਨੂੰ ਐਕਸਟੈਂਡ ਕਰਦਾ ਸ਼ੰਟ, ਅਤੇ ਜੇ ਮਲਟੀਪਲਾਇਰ ਹੋਊਗਾ ਵੋਲਟਮੀਟਰ ਦੀ ਰੇਂਜ ਨੂੰ ਐਕਸਟੈਂਡ ਕਰੂਗਾ। ਨੈਕਸਟ ਮੇਰੇ ਕੋਲ ਆ ਜਾਂਦਾ ਕੋਨਸਟੈਂਟਨ ਦੀ ਐਪਲੀਕੇਸ਼ਨ। ਕੋਨਸਟੈਂਟਨ ਜਿਹੜਾ ਹੁੰਦਾ ਇਹ ਰੀਓਸਟੈਟ ਅਤੇ ਮੋਟਰ ਸਟਾਰਟਰ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਹੁਣ ਰੀਓਸਟੈਟ ਕੀ ਹੁੰਦੇ ਆ, ਆਹ ਦੇਖੋ ਆ ਲੰਬੇ ਜਿਹੇ ਆ ਜਿਹੜੇ ਲੱਗੇ ਹੋਏ ਨੇ ਰੀਓਸਟੈਟ ਹੁੰਦੇ ਆ। ਬੇਸਿਕਲੀ ਇਹ ਉਹਨੂੰ ਆਪਾਂ ਵੇਰੀਏਬਲ ਰਜਿਸਟੈਂਸ ਵੀ ਕਹਿ ਸਕਦੇ ਹਾਂ। ਜਿੱਦਾਂ ਦੇਖੋ ਇਹ ਦੋਨੋਂ ਦੋ, ਇੱਕ ਰੈੱਡ ਪੁਆਇੰਟ ਇੱਧਰ ਲੱਗਾ, ਇੱਕ ਰੈੱਡ ਪੁਆਇੰਟ ਇੱਧਰ ਲੱਗਾ, ਵਿੱਚ ਰੀਓਸਟੈਟ ਆ। ਆ ਜਿਹੜੀ ਉੱਪਰ ਨੌਬ ਲੱਗੀ ਹੋਈ ਆ ਇਹਨੂੰ ਆਪਾਂ ਅੱਗੇ ਜਾਂ ਪਿੱਛੇ ਕਰਕੇ ਲੈਫਟ ਜਾਂ ਰਾਈਟ ਕਰਕੇ ਹੋਰੀਜ਼ੋਂਟਲ ਦੇ ਡਾਇਰੈਕਸ਼ਨ ਦੇ ਵਿੱਚ ਮੂਵ ਕਰਕੇ ਆਪਾਂ ਜਿਹੜੀ ਰਜਿਸਟੈਂਸ ਹੁੰਦੀ ਆ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੇਂਜ ਕਰ ਸਕਦੇ ਹਾਂ। ਜਿੰਨੇ ਵੀ ਫਿਜ਼ਿਕਸ 1 ਜਾਂ 2 ਦੇ ਤੁਸੀਂ ਐਕਸਪੈਰੀਮੈਂਟ ਕਰਦੇ ਆ ਆਪਣੇ ਡਿਪਲੋਮੇ ਦੇ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਆਪਾਂ ਇਹਨੂੰ ਇਸ ਕੰਪੋਨੈਂਟ ਨੂੰ ਆਪਾਂ ਯੂਜ਼ ਕਰਦੇ ਹਾਂ ਮੋਸਟਲੀ। ਸੋ ਮੇਨ ਕੰਮ ਰੀਓਸਟੈਟ ਦਾ ਇਹੀ ਹੁੰਦਾ ਵੀ ਇਹਦੇ ਨਾਲ ਆਪਾਂ ਵੇਰੀਏਬਲ ਰਜਿਸਟੈਂਸ ਜਿਹੜੀ ਆ ਉਹ ਅਚੀਵ ਕਰਦੇ ਹਾਂ। ਆਪਾਂ ਰਜਿਸਟੈਂਸ 'ਤੇ ਕੀ ਇਫੈਕਟ ਹੁੰਦੇ ਆ ਘੱਟ ਵੱਧ ਦੇ ਮਟੀਰੀਅਲ 'ਤੇ ਦੇਖ ਸਕਦੇ ਹਾਂ, ਇਹ ਹੁੰਦਾ ਰੀਓਸਟੈਟ। ਸੋ ਰੀਓਸਟੈਟ ਦੇ ਵਿੱਚ ਆ ਜਿਹੜੀ ਬਲੈਕ ਕਲਰ ਦੀ ਤੁਸੀਂ ਦੇਖ ਰਹੇ ਹਾਂ ਵਾਇਰ, ਇਹ ਬਹੁਤ ਬਰੀਕ ਵਾਇਰ ਹੁੰਦੀ ਹੈ, ਬਹੁਤ ਨੰਬਰ ਆਫ ਟਰਨਸ ਹੁੰਦੀਆਂ ਇਹਦੇ ਵਿੱਚ, ਠੀਕ ਹੈ, 1000, 1215, ਜੋ ਜਿੰਨੀ ਵੀ ਮਤਲਬ ਕਿ ਆਪਾਂ ਨੰਬਰ ਆਫ ਟਰਨਸ ਅੱਗੇ ਤੋਂ ਅੱਗੇ ਵਧਾਈ ਜਾਵਾਂਗੇ ਉਨਾ ਇਹਦਾ ਸਾਈਜ਼ ਜਿਹੜਾ ਆ ਉਹ ਵਧੀ ਜਾਊਗਾ ਐਜ਼ ਪਰ ਰਿਕੁਆਇਰਮੈਂਟ। ਜਿੰਨੀ ਆਪਾਂ ਨੂੰ ਰਜਿਸਟੈਂਸ ਚਾਹੀਦੀ ਆ ਆਪਾਂ ਇਹਨੂੰ ਮੂਵ ਕਰ ਸਕਦੇ ਹਾਂ ਲੈਫਟ ਰਾਈਟ, ਠੀਕ ਆ। ਇਹ ਹੁੰਦਾ ਰੀਓਸਟੈਟ। ਨੈਕਸਟ ਮੇਰੇ ਕੋਲ ਆਉਂਦਾ ਨਾਈਕ੍ਰੋਮ। ਨਾਈਕ੍ਰੋਮ ਤੁਹਾਨੂੰ ਮੈਂ ਦੱਸਿਆ ਵੀ ਆ, ਇਹਨੂੰ ਆਪਾਂ ਜਿੰਨੇ ਵੀ ਹੀਟਿੰਗ ਐਲੀਮੈਂਟ ਆਪਣੇ ਬਣਦੇ ਆ ਇਸ ਟਾਈਮ ਉਹ ਸਾਰੇ ਨਾਈਕ੍ਰੋਮ ਹੀ ਆਪਾਂ ਯੂਜ਼ ਕਰਦੇ ਹਾਂ। ਆਹ ਦੇਖੋ ਐਗਜ਼ਾਮਪਲ ਹੈਗੀ ਆ, ਜਿਹੜਾ ਤੁਸੀਂ ਸਪਰਿੰਗ ਦੇਖ ਰਹੇ ਹੋ ਨਾ, ਇਹ ਵੀ ਛੋਟਾ ਵੀ ਅਤੇ ਆਹ ਵੱਡੇ ਸਾਈਜ਼ ਦੇ, ਡਾਇਰੈਕਟ ਰੋਡ ਵੀ ਆ ਜਿਹੜੀ, ਇਹ ਦੋਨੋਂ ਜਿਹੜੇ ਆਪਣੇ ਗੀਜ਼ਰ ਦੇ ਵਿੱਚ ਹੁੰਦੇ ਆ। ਇਹ ਤੁਹਾਨੂੰ ਗੀਜ਼ਰ ਆਪਾਂ ਜਦੋਂ ਵਰਕਸ਼ਾਪ ਦੇ ਪ੍ਰੈਕਟੀਕਲ ਹੋਣਗੇ ਉੱਥੇ ਓਪਨ ਵੀ ਕਰਕੇ ਦਿਖਾਵਾਂਗੇ, ਉਹਦੇ ਵਿੱਚ ਵੀ ਤੁਸੀਂ ਦੇਖਿਓ ਜਿਹੜਾ ਗੀਜ਼ਰ ਦਾ ਹੀਟਿੰਗ ਐਲੀਮੈਂਟ ਹੁੰਦਾ ਨਾ, ਗੀਜ਼ਰ ਦਾ ਹੀਟਿੰਗ ਐਲੀਮੈਂਟ ਹੀ ਅਰਾਊਂਡ ਇਹੀ ਗਰਮ ਹੁੰਦਾ ਹੈ ਅਤੇ ਇਹੀ ਅੱਗੇ ਪਾਣੀ ਨੂੰ ਗਰਮ ਕਰਦਾ। ਉਸ ਤੋਂ ਬਾਅਦ 'ਚ ਆਹ ਦੇਖੋ ਆਹ ਵੀ ਹੀਟਿੰਗ ਐਲੀਮੈਂਟ ਆ, ਜਿਹੜੇ ਸਪਰਿੰਗ ਤੁਸੀਂ ਆਪਣੇ ਹੀਟਰ ਦੇ ਵਿੱਚ ਯੂਜ਼ ਕੀਤੇ ਹੋਣਗੇ, ਸਪਰਿੰਗ ਟਾਈਪ ਆ ਇਹ ਤੁਸੀਂ ਆਪਣੇ ਹੀਟਰ ਦੇ ਵਿੱਚ ਯੂਜ਼ ਕਰਦੇ ਆ। ਆਹ ਦੋ ਪੁਆਇੰਟ ਹੁੰਦੇ ਆ, ਇੱਕ ਪੋਜ਼ਿਟਿਵ ਇਹ ਫੇਸ ਦਾ, ਇੱਕ ਨਿਊਟਰਲ ਦਾ। ਸੋ ਇਹਦੀ ਰਜਿਸਟੈਂਸ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ, ਲੈਂਥ ਵੀ ਦੇਖੋ ਇੰਨੀ ਜ਼ਿਆਦਾ ਆ, ਲੈਂਥ ਵੀ ਜਿੰਨੀ ਜ਼ਿਆਦਾ ਆਪਾਂ ਨੂੰ ਪਤਾ ਫਾਰਮੂਲਾ ਆਰ ਇਕੁਅਲ ਰੋ ਐਲ ਬਾਏ, ਜਿੰਨੀ ਲੈਂਥ ਜ਼ਿਆਦਾ ਹੋਊਗੀ ਉਨੀ ਰਜਿਸਟੈਂਸ ਵੀ ਜ਼ਿਆਦਾ ਹੋਊਗੀ, ਅਤੇ ਜਿੰਨੇ ਏਰੀਆ ਘੱਟ ਹੋਊਗਾ ਉਨੀ ਵੀ ਰਜਿਸਟੈਂਸ ਜ਼ਿਆਦਾ ਹੋਊਗੀ। ਸੋ ਓਵਰਆਲ ਆਪਾਂ ਦੇਖਿਆ ਜਾਵੇ ਤਾਂ ਇੱਥੇ ਰਜਿਸਟੈਂਸ ਬਹੁਤ ਜ਼ਿਆਦਾ ਹੋ ਜਾਂਦੀ, ਜਿਹਦੇ ਕਰਕੇ ਇਹ ਹੀਟ ਬਹੁਤ ਜ਼ਿਆਦਾ ਹੋ ਜਾਂਦਾ, ਠੀਕ ਆ। ਬਟ ਇਹਦੀ ਪ੍ਰੋਪਰਟੀ ਹੁੰਦੀ ਆ ਕਿ ਇਹ 1000 ਡਿਗਰੀ ਸੈਲਸੀਅਸ ਤੱਕ ਜਿਹੜਾ ਆ ਆਰਾਮ ਨਾਲ ਵਰਕ ਕਰ ਜਾਂਦਾ ਨਾਈਕ੍ਰੋਮ। ਸੋ ਇਸ ਕਰਕੇ ਕੀ ਆ, ਇਹ ਮੈਲਟ ਨਹੀਂ ਹੁੰਦਾ ਅਤੇ ਆਪਾਂ ਜਿਹੜਾ ਵੀ ਕੰਮ ਲੈਣਾ ਇਹ ਤੋਂ ਲੈ ਸਕਦੇ ਹਾਂ। ਉਸ ਤੋਂ ਬਾਅਦ ਟੰਗਸਟਨ, ਟੰਗਸਟਨ ਜਿਹੜਾ ਫਿਲਾਮੈਂਟ ਲੈਂਪ ਜਿਹੜੇ ਹੁੰਦੇ ਆ ਯੂਜ਼ ਕਰ, ਆਹ ਦੇਖੋ ਅੱਜ ਕੱਲ੍ਹ ਡੈਕੋਰੇਟਿਵ ਲੈਂਪਸ ਵੀ ਬੜੇ ਆਏ ਹੋਏ ਆ। ਇਹਦੇ ਵਿੱਚ ਜਿਹੜਾ ਫਿਲਾਮੈਂਟ ਅੰਦਰਲੇ ਸਾਈਡ 'ਤੇ ਹੁੰਦਾ ਨਾ, ਜਿਹੜਾ ਤੁਹਾਨੂੰ ਜਗਦਾ ਦਿਖ ਰਿਹਾ ਆ ਯੈਲੋ ਕਲਰ ਦਾ, ਇਹ ਜਿਹੜਾ ਹੁੰਦਾ ਇਹ ਟੰਗਸਟਨ ਦਾ ਬਣਿਆ ਹੁੰਦਾ। ਬਾਕੀ ਵੀ ਜਿਹੜੇ ਆਪਣੇ ਲੈਂਪ ਹੁੰਦੇ ਆ ਜਿਹੜੇ ਯੈਲੋ ਕਲਰ ਦੇ ਲੈਂਪ ਹੁੰਦੇ ਆ, ਉਹ ਸਾਰੇ ਜਿਹੜਾ ਫਿਲਾਮੈਂਟ ਹੁੰਦਾ ਉਹ ਕਿਹਦਾ ਬਣਿਆ ਹੁੰਦਾ, ਟੰਗਸਟਨ ਦਾ ਬਣਿਆ ਹੁੰਦਾ। ਨੈਕਸਟ ਮੇਰੇ ਕੋਲ ਆ ਜਾਂਦਾ ਮਰਕਿਊਰੀ। ਹੁਣ ਮਰਕਿਊਰੀ ਜਿਹੜਾ ਆ ਇਹਨੂੰ ਆਪਾਂ ਥਰਮੋਮੀਟਰ ਵਗੈਰਾ ਦੇ ਵਿੱਚ ਜਿਹੜੇ ਆਪਣੇ ਹੁੰਦੇ ਨਾ ਟੈਂਪਰੇਚਰ ਡਿਟੈਕਟਰ ਜਿਹੜੇ ਹੁੰਦੇ, ਉਹਨਾਂ ਦੇ ਵਿੱਚ ਆਪਾਂ ਮਰਕਿਊਰੀ ਨੂੰ ਹੀ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਵੀ ਆਪਣੇ ਮਰਕਿਊਰੀ ਦੀਆਂ ਬਹੁਤ ਹੈਗੀਆਂ ਆਪਣੇ ਕੋਲ ਯੂਜ਼ਸ ਐਪਲੀਕੇਸ਼ਨਸ। ਮਰਕਿਊਰੀ ਜਿਹੜਾ ਮਰਕਿਊਰੀ ਆਰਕ ਰੈਕਟੀਫਾਇਰ 'ਚ ਵੀ ਯੂਜ਼ ਕਰਦੇ ਹਾਂ। ਮਰਕਿਊਰੀ ਆਰਕ ਰੈਕਟੀਫਾਇਰ ਕੀ ਹੁੰਦੇ ਆ, ਰੈਕਟੀਫਾਇਰ ਤਾਂ ਤੁਹਾਨੂੰ ਪਤਾ ਜਿਹੜੇ AC ਨੂੰ DC 'ਚ ਕਨਵਰਟ ਕਰਦੇ ਆ। ਸੋ ਜਿਹੜੇ ਰੇਲਵੇ ਆਪਣੇ ਟਰੈਕਸ਼ਨ ਸਿਸਟਮ ਸੀਗਾ ਨਾ ਪੁਰਾਣੇ ਟਾਈਮ 'ਤੇ, ਉਹਨਾਂ ਦੇ ਵਿੱਚ
ਨੈਕਸਟ ਬ੍ਰੇਕਿੰਗ ਕੰਟੈਕਟ ਆਫ ਬੱਕਲਸ ਰਿਲੇ। ਬੱਕਲਸ ਰਿਲੇ ਆਹ ਦੇਖੋ, ਇੱਕ ਬੱਕਲਸ ਰਿਲੇ ਜਿਹੜੀ ਹੈ ਨਾ ਤੁਹਾਨੂੰ ਦਿਖਾਈ ਹੋਈ ਹੈ ਇੱਥੇ। ਬੱਕਲਸ ਰਿਲੇ ਬੇਸਿਕਲੀ ਨਾ ਇੱਕ ਟਰਾਂਸਫਾਰਮਰ, ਜਿਹੜੇ ਵੱਡੇ ਟਰਾਂਸਫਾਰਮਰ ਹੁੰਦੇ ਆ 500 KVA ਤੋਂ ਉੱਪਰ ਦੇ ਟਰਾਂਸਫਾਰਮਰ ਹੁੰਦੇ ਆ, ਜਿਹੜੇ ਆਪਣੇ ਸਬ ਸਟੇਸ਼ਨ 'ਤੇ ਜਦੋਂ ਤੁਹਾਡੀ ਟ੍ਰੇਨਿੰਗ ਲੱਗੂਗੀ ਤੁਸੀਂ ਉੱਥੇ ਦੇਖਿਓ, ਜਿਹੜੇ ਵੱਡੇ ਟਰਾਂਸਫਾਰਮਰ 500 KVA ਤੋਂ ਉੱਪਰ ਦੇ ਹੁੰਦੇ ਆ, ਉਹਨਾਂ ਦੇ ਵਿੱਚ ਆਪਾਂ ਜਿਹੜੀ ਬੱਕਲਸ ਰਿਲੇ ਯੂਜ਼ ਕਰਦੇ ਹਾਂ। ਇਹ ਬੇਸਿਕਲੀ ਕੀ ਕਰਦੀ ਹੈ, ਟਰਾਂਸਫਾਰਮਰ ਜੇ ਅੰਦਰ ਕੋਈ ਟਰਾਂਸਫਾਰਮਰ ਦੇ ਫਾਲਟ ਆ ਜਾਵੇ ਨਾ, ਤਾਂ ਇਹ ਰਿਲੇ ਓਪਰੇਟ ਹੋ ਜਾਂਦੀ ਹੈ, ਕਿਉਂਕਿ ਜਿਹੜੇ ਆਪਣੇ ਟਰਾਂਸਫਾਰਮਰ ਹੁੰਦੇ ਉਹਨਾਂ ਦਾ ਕਰੋੜਾਂ ਦੇ ਵਿੱਚ ਰੇਟ ਹੁੰਦਾ। ਸੋ ਜੇ ਉਹ ਖਰਾਬ ਹੋ ਜਾਵੇ ਤਾਂ ਆਪਣਾ ਕੀ ਆ, ਪੂਰੀ ਦਾ ਪੂਰਾ ਏਰੀਆ ਜਿਹੜਾ ਉਹ ਬੰਦ ਹੋ ਸਕਦਾ। ਇਸ ਕਰਕੇ ਬੱਕਲ ਜਿਹੜੀ ਆਪਣਾ ਉਹ ਟਰਾਂਸਫਾਰਮ ਹੁੰਦੇ ਨੇ, ਉਹਨਾਂ ਨੂੰ ਇੰਟਰਨਲ ਪ੍ਰੋਟੈਕਸ਼ਨ ਦੀ ਵੀ ਬਹੁਤ ਲੋੜ ਹੁੰਦੀ ਹੈ। ਇਸੇ ਕਰਕੇ ਆਪਾਂ ਅੰਦਰ ਜਿਹੜੀ ਆ ਬੱਕਲ 'ਚ ਰਿਲੇ ਲਾਈ ਹੁੰਦੀ ਆ, ਤਾਂ ਕਿ ਜੇ ਅੰਦਰ ਕੋਈ ਵੀ ਫਾਲਟ ਆਵੇ ਰਿਲੇ ਓਪਰੇਟ ਕਰ ਜਾਵੇ। ਸੋ ਇਹ ਰਿਲੇ ਦੇ ਵਿੱਚ ਜਿਹੜੇ ਟ੍ਰਿਪਿੰਗ ਕੰਟੈਕਟ ਹੁੰਦੇ ਨਾ, ਦੇਖੋ ਅੰਦਰਲੀ ਸਾਈਡ 'ਤੇ ਟ੍ਰਿਪਿੰਗ ਕੰਟੈਕਟ ਹੈਗੇ ਆ, ਉਹ ਜਿਹੜੇ ਕੰਟੈਕਟ ਹੁੰਦੇ ਆ ਨਾ, ਇਹ ਆ ਦੇਖੋ ਫਲੋਟ, ਅਪਰ ਫਲੋਟ, ਜਿਹੜੇ ਫਲੋਟ ਆ ਅੰਦਰਲੀ ਸਾਈਡ 'ਤੇ, ਸੈਕੰਡ ਅਤੇ ਫਸਟ ਫਲੋਟ ਆ, ਇਹ ਇਹਨਾਂ ਦੇ ਵਿੱਚ ਹੀ ਆਪਣੀ ਮਰਕਰੀ ਹੁੰਦੀ ਆ। ਸੋ ਮਰਕਰੀ ਕੀ ਆ, ਉਹ ਟਿਲਡ ਹੁੰਦੀ, ਯਾਨੀ ਕਿ ਥੋੜ੍ਹੀ ਟੇਢੀ ਹੁੰਦੀ ਆ। ਜਦੋਂ ਵੀ ਕੋਈ ਫਾਲਟ ਆਉਂਦਾ ਨਾ, ਰਿਲੇ ਦੇ ਫਲੋਟ ਜਿਹੜੇ ਹੁੰਦੇ ਉੱਪਰ ਨੂੰ ਚੱਲ ਜਾਂਦੇ ਆ, ਅਤੇ ਮਰਕਰੀ ਦੋਨੋਂ ਕੰਟੈਕਟ ਜਿਹੜੇ ਆਪਸ 'ਚ ਜੋੜ ਦਿੰਦੀ ਆ। ਹੁਣ ਮਰਕਰੀ ਹੈ ਤਾਂ ਕੰਡਕਟਰ ਹੀ ਆ, ਠੀਕ ਹੈ, ਭਾਵੇਂ ਲਿਕੁਇਡ ਆ, ਬਟ ਇਹ ਲਿਕੁਇਡ ਕੰਡਕਟਰ ਕਹਿ ਸਕਦੇ ਹਾਂ ਜਾਂ ਲਿਕੁਇਡ ਮੈਟਲ ਕਹਿ ਸਕਦੇ ਹਾਂ ਇਹਨੂੰ। ਸੋ ਕੀ ਆ, ਦੋ ਕੰਟੈਕਟ ਜੁੜ ਜਾਂਦੇ ਆ, ਅਤੇ ਜਿਹੜੀ ਮੇਰੀ ਰਿਲੇ ਹੁੰਦੀ ਆ ਓਪਰੇਟ ਹੋ ਜਾਂਦੀ। ਇਹ ਵੀ ਅੱਗੇ ਜਾ ਕੇ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸੂਗਾ ਇਹ ਵੀ ਬੱਕਲ 'ਚ ਰਿਲੇ ਜਿਹੜੀ ਹੁੰਦੀ ਹੈ ਕਿੱਦਾਂ ਕੰਮ ਕਰਦੀ ਆ। ਉਸ ਤੋਂ ਬਾਅਦ ਪਲਾਟੀਨਮ। ਸੋ ਪਲਾਟੀਨਮ ਤੁਹਾਨੂੰ ਦੱਸਿਆ ਵੀ ਇਹ ਇੱਕ ਤਾਂ ਬਹੁਤ ਰੇਅਰ ਮੈਟਲ ਆ ਆਪਣੇ ਅਰਥ ਦੇ ਉੱਪਰ, ਅਤੇ ਇਹ ਮਿਲਦਾ ਵੀ ਆਪਾਂ ਰੇਅਰ ਮੈਟਲ ਆ, ਅਤੇ ਮਿਲਦਾ ਵੀ ਆਪਾਂ ਨੂੰ ਬਹੁਤ ਮਹਿੰਗਾ। ਰੇਅਰ ਹੋਣ ਕਰਕੇ ਜਿਹੜੀ ਇਹਦੀ ਵੈਲਿਊ ਆ ਬਹੁਤ ਜ਼ਿਆਦਾ, ਇਸੇ ਕਰਕੇ ਇਹਨੂੰ ਆਪਾਂ ਜਵੈਲਰੀ ਵਗੈਰਾ ਬਣਾਉਣ ਵਾਸਤੇ ਹੀ ਯੂਜ਼ ਕਰਦੇ ਹਾਂ। ਇਹਨੂੰ ਆਪਾਂ ਨੋਰਮਲ ਕੰਡਕਟਰ ਵਾਸਤੇ ਤਾਂ ਬਿਲਕੁਲ ਵੀ ਨਹੀਂ ਯੂਜ਼ ਕਰਦੇ। ਸੋ ਇਹ ਤੁਸੀਂ ਵਿਊ ਵੀ ਦੇਖ ਲਿਆ ਵੀ ਕਿੱਦਾਂ ਕਿੱਦਾਂ ਆਪਾਂ ਯੂਜ਼ ਕਰਦੇ ਹਾਂ ਐਕਚੁਅਲ ਦੇ ਵਿੱਚ ਇਹਨਾਂ ਨੂੰ। ਸ਼ੰਟ, ਰੀਅਰਸਟੈਟ, ਹੀਟਿੰਗ ਐਲੀਮੈਂਟ, ਉਸ ਤੋਂ ਬਾਅਦ ਫਿਲਾਮੈਂਟ ਅਤੇ ਬੱਕਲਸ ਰਿਲੇ। ਹਾਂ, ਨੈਕਸਟ ਮੇਰੇ ਕੋਲ ਟੋਪਿਕ ਆ ਜਾਂਦਾ ਇਹਦੇ ਵਿੱਚ ਸੁਪਰ ਕੰਡਕਟੀਵਿਟੀ। ਇਹ ਤੁਹਾਡਾ ਜਿਹੜਾ ਸੁਪਰ ਕੰਡਕਟੀਵਿਟੀ, ਤੁਹਾਨੂੰ ਨਾਮ ਤੋਂ ਹੀ ਕਾਫੀ ਕੁਛ ਕਲੀਅਰ ਹੋ ਜਾਣਾ। ਸੁਪਰ ਕੰਡਕਟੀਵਿਟੀ, ਸੁਪਰ ਕੰਡਕਟਰ ਯਾਨੀ ਕਿ ਉਹ ਕੰਡਕਟਰ ਜਿਹਦੀ ਰਜਿਸਟੈਂਸ ਕੀ ਹੋਊਗੀ, ਜ਼ੀਰੋ ਹੋਊਗੀ। ਸੋ ਸੁਪਰ ਕੰਡਕਟੀਵਿਟੀ ਕੀ ਹੈ, ਸੁਪਰ ਕੰਡਕਟੀਵਿਟੀ ਇਜ਼ ਅ ਪ੍ਰੋਪਰਟੀ ਆਫ ਮਟੀਰੀਅਲ ਵੈਨ ਕੰਡਕਟਰ ਬਿਕਮ ਆ ਸੁਪਰ ਕੰਡਕਟਰ, ਮੀਨਸ ਇਟਸ ਕੰਡਕਟੀਵਿਟੀ ਬਿਕਮ ਇਨਫਿਨਿਟੀ ਐਂਡ ਰਜਿਸਟੈਂਸ ਬਿਕਮ ਜ਼ੀਰੋ। ਯਾਨੀ ਕਿ ਸੁਪਰ ਕੰਡਕਟੀਵਿਟੀ ਕਿਸੇ ਵੀ ਮਟੀਰੀਅਲ ਦੀ ਆਪਾਂ ਕਹਿ ਸਕਦੇ ਵੀ ਉਹ ਸਟੇਟ ਆ ਜਿੱਥੇ ਉਹਦੀ ਕੰਡਕਟੀਵਿਟੀ ਜਿਹੜੀ ਆ ਉਹ ਹੋ ਜਾਂਦੀ ਹੈ, ਕੀ ਹੋ ਜਾਂਦੀ ਹੈ, ਇਨਫਿਨਿਟੀ ਹੋ ਜਾਂਦੀ ਹੈ, ਐਂਡ ਉਹਦੀ ਰਜਿਸਟੈਂਸ ਕੀ ਹੋ ਜਾਂਦੀ ਹੈ, ਬਿਲਕੁਲ ਜ਼ੀਰੋ ਹੋ ਜਾਂਦੀ ਹੈ। ਸੋ ਇਹ ਆਪਾਂ ਅਚੀਵ ਕਰ ਸਕਦੇ ਹਾਂ ਜਿਹੜੀ ਸੁਪਰ ਕੰਡਕਟੀਵਿਟੀ। ਇਹਨੂੰ ਕੀਤਾ ਵੀ ਹੋਇਆ ਕਾਫੀ, ਵੈਸੇ ਇਹਦੇ ਉੱਪਰ ਬਹੁਤ ਰਿਸਰਚ ਚੱਲ ਰਹੀ ਆ, ਬਟ ਪ੍ਰੋਬਲਮ ਇਹਦੇ ਵਿੱਚ ਇਹ ਆ ਰਹੀ ਆ ਵੀ ਉਹ ਟੈਂਪਰੇਚਰ ਮੇਨਟੇਨ ਕਰਨ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਜਿੱਥੇ ਸੁਪਰ ਕੰਡਕਟਰ ਬਣਦਾ, ਉਹ ਵੀ ਤੁਹਾਨੂੰ ਅੱਗੇ ਡਿਸਕਸ ਕਰਦੇ ਹਾਂ। ਫਿਲਹਾਲ ਤੁਸੀਂ ਇਹ ਚੀਜ਼ ਯਾਦ ਰੱਖਣੀ ਆ, ਸੁਪਰ ਕੰਡਕਟਰ ਜਿਹੜਾ ਹੁੰਦਾ ਕੀ ਹੁੰਦਾ, ਜਿਹਦੀ ਕੰਡਕਟੀਵਿਟੀ ਇਨਫਿਨਿਟੀ ਹੁੰਦੀ ਅਤੇ ਰਜਿਸਟੈਂਸ ਕੀ ਹੁੰਦੀ ਆ, ਜ਼ੀਰੋ ਹੁੰਦੀ ਆ। ਸੋ ਕੁਛ ਜਿਹੜੇ ਆਪਣੇ ਕੋਲ ਮੈਟਲ ਹੈਗੇ ਆ ਇੱਦਾਂ ਦੇ, ਜਿਹੜੇ ਇੱਕ ਪਰਟੀਕੁਲਰ ਟੈਂਪਰੇਚਰ ਦੇ ਉੱਪਰ ਜਾ ਕੇ ਅਤੇ ਕੀ ਹੁੰਦਾ, ਸੁਪਰ ਕੰਡਕਟਰ ਬਣ ਜਾਂਦੇ ਆ। ਕਿਉਂਕਿ ਆਪਾਂ ਨੂੰ ਪਤਾ, ਮੈਂ ਤੁਹਾਨੂੰ ਦੱਸਿਆ ਵੀ ਸੀਗਾ ਲਾਸਟ ਸਲਾਈਡ ਦੇ ਵਿੱਚ ਕਿ ਜਿਹੜਾ ਟੈਂਪਰੇਚਰ ਆਫ ਕੋਫੀਸ਼ੀਐਂਟ ਹੁੰਦਾ ਆਪਣੇ ਕੰਡਕਟਰ ਦਾ, ਉਹ ਕੀ ਹੁੰਦਾ, ਪੋਜ਼ਿਟਿਵ ਹੁੰਦਾ। ਯਾਨੀ ਕਿ ਜਿੰਨਾ ਮੇਰਾ ਟੈਂਪਰੇਚਰ ਇਨਕਰੀਜ਼ ਹੋਊਗਾ, ਉਨੀ ਉਹਦੀ ਰਜਿਸਟੈਂਸ ਕੀ ਹੋਊਗੀ, ਇਨਕਰੀਜ਼ ਹੋਊਗੀ। ਜੇ ਟੈਂਪਰੇਚਰ ਮੇਰਾ 10% ਵਧਿਆ ਤਾਂ ਰਜਿਸਟੈਂਸ ਵੀ ਉਹਦੇ ਅਕੋਰਡਿੰਗਲੀ ਕੀ ਆ, ਇਨਕਰੀਜ਼ ਹੋਊਗੀ। ਸੋ ਇਹ ਜਿਹੜੀ ਚੀਜ਼ ਆ, ਇੰਜੀਨੀਅਰ ਕਹਿੰਦੇ ਆ ਵੀ ਇਹ ਰਿਵਰਸ ਦੇ ਵਿੱਚ ਵਿਚਲਣੀ ਚਾਹੀਦੀ ਆ, ਠੀਕ ਆ। ਜੇ ਮੇਰੀ ਰਜਿਸਟੈਂਸ ਟੈਂਪਰੇਚਰ ਦੇ ਵਧਣ ਨਾਲ ਇਨਕਰੀਜ਼ ਹੁੰਦੀ ਆ, ਅਤੇ ਜਦੋਂ ਟੈਂਪਰੇਚਰ ਘਟੂਗਾ ਤਾਂ ਉਹ ਰਜਿਸਟੈਂਸ ਡਿਕਰੀਜ਼ ਵੀ ਹੋਣੀ ਚਾਹੀਦੀ ਆ। ਸੋ ਇਟਸ ਰਿਵਰਸ ਇਜ਼ ਆਲਸੋ ਟਰੂ, ਮੀਨਸ ਕਿ ਜਦੋਂ ਆਪਾਂ ਮਟੀਰੀਅਲ ਨੂੰ ਠੰਡਾ ਕਰਦੇ ਹਾਂ ਤਾਂ ਜਿਹੜੀ ਰਜਿਸਟੈਂਸ ਆ ਉਹ ਡਿਕਰੀਜ਼ ਵੀ ਹੋਣੀ ਚਾਹੀਦੀ ਆ। ਸੋ ਇੱਕ ਟੈਂਪਰੇਚਰ ਜਿਹੜਾ ਆ ਜਾਂਦਾ ਉਹ ਇੱਦਾਂ ਦਾ ਆਊਗਾ ਜਿੱਥੇ ਜਿਹੜੀ ਮੇਰੀ ਰਜਿਸਟੈਂਸ ਆ ਉਹ ਕੀ ਹੋਊਗੀ, ਜ਼ੀਰੋ ਹੋ ਜੂਗੀ, ਅਤੇ ਉਹ ਕੰਡੀਸ਼ਨ ਦੇ ਉੱਪਰ ਮੈਟਲ ਨੂੰ ਮੈਂ ਕੀ ਕਹੂੰਗਾ, ਸੁਪਰ ਕੰਡਕਟਰ ਹੋ ਗਿਆ ਜਿਹੜਾ ਮੈਟਲ ਆ, ਠੀਕ ਆ। ਸੋ ਇਹ ਚੀਜ਼ ਯਾਦ ਰੱਖਣੀ ਤੁਸੀਂ, ਟੈਂਪਰੇਚਰ ਆਫ ਕੋਫੀਸ਼ੀਐਂਟ ਜਿਹੜਾ ਪੋਜ਼ਿਟਿਵ ਹੁੰਦਾ ਆਪਣੇ ਕੰਡਕਟਰ ਦਾ, ਯਾਨੀ ਕਿ ਜਿੰਨੀ ਆਪਾਂ ਇਨਕਰੀਜ਼ ਕਰਾਂਗੇ ਟੈਂਪਰੇਚਰ, ਉਨੀ ਜਿਹੜੀ ਉਹਦੀ ਰਜਿਸਟੈਂਸ ਆ ਇਨਕਰੀਜ਼ ਹੋਊਗੀ। ਅਤੇ ਬਟ ਇਹ ਰਿਵਰਸ ਦੇ ਵਿੱਚ ਵੀ ਟਰੂ ਹੋਣਾ ਚਾਹੀਦਾ, ਮੀਨਸ ਕਿ ਜੇ ਮੈਂ ਹੁਣ ਟੈਂਪਰੇਚਰ ਘਟਾ ਦੇਵਾਂ ਬਹੁਤ ਜ਼ਿਆਦਾ ਤਾਂ ਉਹਦੀ ਰਜਿਸਟੈਂਸ ਵੀ ਘਟਣੀ ਚਾਹੀਦੀ ਆ। ਅਤੇ ਇੱਕ ਪੁਆਇੰਟ ਟੈਂਪਰੇਚਰ ਦਾ ਇੱਦਾਂ ਦਾ ਆਊਗਾ ਹੀ ਆਊਗਾ ਜਿੱਥੇ ਜਿਹੜੀ ਰਜਿਸਟੈਂਸ ਹੋਊਗੀ ਜ਼ੀਰੋ ਹੋਊਗੀ। ਜਦੋਂ ਉਹ ਸਟੇਟ ਆ ਗਈ ਜਿੱਥੇ ਮੇਰੀ ਰਜਿਸਟੈਂਸ ਜ਼ੀਰੋ ਹੋਊਗੀ, ਉਹ ਸਟੇਟ 'ਤੇ ਮੈਂ ਮੈਟਲ ਨੂੰ ਕੀ ਕਹੂੰਗਾ ਕਿ ਮੇਰਾ ਜਿਹੜਾ ਮੈਟਲ ਆ ਇਹ ਸੁਪਰ ਕੰਡਕਟਰ ਬਣ ਚੁੱਕਾ ਹੈ। ਸੋ ਫੋਰ ਐਗਜ਼ਾਮਪਲ, ਜਿਹੜਾ ਮਰਕਰੀ ਹੁੰਦਾ ਆ ਉਹ ਸੁਪਰ ਕੰਡਕਟੀਵਿਟੀ ਅਟੇਨ ਕਰਦਾ ਆ 4.22 ਕੈਲਵਿਨਸ 'ਤੇ, ਮਤਲਬ ਕਿ 268 ਡਿਗਰੀ ਸੈਲਸੀਅਸ ਹੈ, ਮਾਈਨਸ ਹੋਣਾ ਪਲੱਸ ਨਹੀਂ ਹੈ, ਠੀਕ ਆ। -268 ਡਿਗਰੀ ਸੈਲਸੀਅਸ ਟੈਂਪਰੇਚਰ 'ਤੇ ਜਿਹੜਾ ਮੇਰਾ ਮਰਕਰੀ ਹੁੰਦਾ ਆ ਉਹ ਕੀ ਕਰਦਾ, ਸੁਪਰ ਕੰਡਕਟਰ ਬਣ ਜਾਂਦਾ। ਸੋ ਉਹ ਟੈਂਪਰੇਚਰ ਜਾਂ ਉਹ ਸਟੇਟ ਟੈਂਪਰੇਚਰ ਦੀ ਉਹ ਸਟੇਟ ਜਿੱਥੋਂ ਮੇਰਾ ਮੈਟਲ ਜਿਹੜਾ ਆ ਕੰਡਕਟਰ ਤੋਂ, ਨੋਰਮਲ ਕੰਡਕਟਰ ਤੋਂ ਸੁਪਰ ਕੰਡਕਟਰ ਬਣ ਜਾਂਦਾ, ਉਸ ਟੈਂਪਰੇਚਰ ਨੂੰ ਮੈਂ ਕਹੂੰਗਾ ਵੀ ਉਹ ਟ੍ਰਾਂਜ਼ਿਸ਼ਨ ਟੈਂਪਰੇਚਰ ਆ।
ਸੋ ਇਹ ਜਿਹੜਾ ਟ੍ਰਾਂਜੀਸ਼ਨ ਟੈਂਪਰੇਚਰ ਹੁੰਦਾ ਨਾ, ਇਹ ਸਾਇੰਟਿਸਟ ਨੇ ਓਬਜ਼ਰਵ ਕੀਤਾ ਕਿ ਇਹ ਜਿਹੜੀ ਸਟੇਟ ਹੁੰਦੀ ਆ ਨਾ ਇੱਕਦਮ ਹੀ ਆ ਜਾਂਦੀ ਆ। ਇਸੇ ਕਰਕੇ ਜਿਹੜਾ ਟੈਂਪਰੇਚਰ ਆ ਨਾ, ਜੇ ਆ ਮੰਨ ਲਓ ਆਪਾਂ ਟੈਸਟ ਕਰਦੇ ਪਏ ਹਾਂ ਮਰਕਰੀ ਨੂੰ, ਮੈਂ ਸੁਪਰ ਕੰਡਕਟਰ ਬਣਾ, ਤਾਂ ਇਹ ਨਹੀਂ ਹੋ ਵੀ ਇੱਕਦਮ ਬਹੁਤ ਜ਼ਿਆਦਾ ਟੈਂਪਰੇਚਰ ਘਟਾ ਤਾ। ਟੈਂਪਰੇਚਰ ਜਿਹੜਾ ਆ ਮਰਕਰੀ ਦਾ ਬਿਲਕੁਲ ਹੌਲੀ ਹੌਲੀ ਘਟਾਉਣਾ ਆਪਾਂ, ਬਿਕੋਜ਼ ਇੱਕ ਸਟੇਟ ਜਿਹੜੀ ਆ ਇੱਦਾਂ ਦੀ ਆਉਣੀ ਜਿੱਥੇ ਇੱਕਦਮ ਹੀ ਜਿਹੜਾ ਆ ਕੰਡਕਟਰ ਨੇ ਮੇਰੇ ਨੇ ਸੁਪਰ ਕੰਡਕਟਰ ਬਣ ਜਾਣਾ। ਬਟ ਉਹ ਸਟੇਟ ਜਿੱਥੋਂ ਮੇਰਾ ਮੈਟਲ ਜਾਂ ਮੇਰਾ ਕੰਡਕਟਰ ਕੰਡਕਟਿੰਗ ਸਟੇਟ ਤੋਂ ਸੁਪਰ ਕੰਡਕਟਿੰਗ ਸਟੇਟ ਦੇ ਵਿੱਚ, ਯਾਨੀ ਕਿ ਉਹ ਟੈਂਪਰੇਚਰ ਜਿੱਥੇ ਮੇਰਾ ਜਿਹੜਾ ਮੈਟਲ ਆ ਉਸ ਕੰਡਕਟਰ ਤੋਂ ਸੁਪਰ ਕੰਡਕਟਰ ਬਣ ਗਿਆ, ਉਹਨੂੰ ਮੈਂ ਕਹੂੰਗਾ ਕਿ ਕਿਹੜਾ ਟੈਂਪਰੇਚਰ ਆ, ਟ੍ਰਾਂਜੀਸ਼ਨ ਟੈਂਪਰੇਚਰ। ਯਾਦ ਰੱਖਿਓ ਇਸ ਪੁਆਇੰਟ ਨੂੰ। ਸੋ ਜੇ ਹੁਣ ਆਪਾਂ ਨੂੰ ਫਾਇਦਾ ਕੀ ਹੈ ਸੁਪਰ ਕੰਡਕਟਰ ਦਾ, ਸੋ ਕਹਿੰਦੇ ਇਮੈਜਿਨ ਕੀਤਾ ਗਿਆ ਆ, ਇਹ ਟੈਸਟ ਵੀ ਕੀਤਾ ਗਿਆ ਆ ਕਿ ਜਦੋਂ ਵੀ ਮੈਟਲ ਜਿਹੜਾ ਆ ਅਟੇਨ ਕਰ ਲੈਂਦਾ ਸੁਪਰ ਕੰਡਕਟਿਵਿਟੀ, ਤਾਂ ਉਹਦੇ ਵਿੱਚ ਜਿਹੜੀ ਰਜਿਸਟੈਂਸ ਹੁੰਦੀ, ਉਹ 'ਚ ਪਾਵਰ ਲੋਸ ਜਿਹੜੇ ਹੁੰਦੇ ਜਾਂ ਵੋਲਟੇਜ ਡ੍ਰੌਪ ਕੀ ਹੁੰਦੇ ਆ, ਜ਼ੀਰੋ ਰਹਿ ਜਾਂਦੇ ਉਹਦੇ ਵਿੱਚ। ਠੀਕ ਆ, ਸੁਪਰ ਕੰਡਕਟਰ ਦੇ ਵਿੱਚ, ਯਾਨੀ ਕਿ ਕਿਉਂਕਿ ਉਹਦੀ ਰਜਿਸਟੈਂਸ ਜ਼ੀਰੋ ਹੋ ਗਈ। ਹੁਣ ਦੇਖੋ ਜਿੰਨੇ ਵੀ ਹੀਟ ਲੋਸ ਕੀ ਆ, ਹੀਟ ਲੋਸ ਹੁੰਦਾ ਆਈ ਸਕੇਅਰ ਬਾਏ ਆਰ, ਯਾਨੀ ਕਿ ਹੀਟ ਲੋਸ ਰਜਿਸਟੈਂਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ। ਜਿੰਨੀ ਜ਼ਿਆਦਾ ਮੇਰੀ ਰਜਿਸਟੈਂਸ ਹੋਊਗੀ, ਉਨੀ ਜ਼ਿਆਦਾ ਮੇਰੇ ਕੀ ਹੋਣਗੇ ਸਿਸਟਮ ਦੇ ਵਿੱਚ ਹੀਟ ਲੋਸ ਹੋਣਗੇ। ਅਤੇ ਜੇ ਮੇਰੇ ਕੋਲ ਰਜਿਸਟੈਂਸ ਹੀ ਹੈ ਨਹੀਂ ਕਿ, ਤਾਂ ਉਹ 'ਚ ਕੋਈ ਲੋਸ ਹੀ ਨਹੀਂ ਹੋਣਾ ਸਿਸਟਮ ਵਿੱਚ, ਨਾ ਕੋਈ ਪਾਵਰ ਲੋਸ ਹੋਣਾ। ਮੈਂ ਕੀ ਕਰ ਸਕਦਾ, ਮੈਂ ਜਨਰੇਟਿੰਗ ਸਟੇਸ਼ਨ ਤੋਂ ਲੈ ਕੇ, ਅਤੇ ਭਾਵੇਂ ਮੈਂ ਆਪਣੇ ਪੰਜਾਬ ਤੋਂ, ਮੰਨ ਲਓ ਜਨਰੇਟਿੰਗ ਸਟੇਸ਼ਨ ਮੇਰਾ ਪੰਜਾਬ ਦੇ ਵਿੱਚ ਲੱਗਾ ਹਾਂ, ਮੈਂ ਦਿੱਲੀ ਤੱਕ ਸਪਲਾਈ ਦੇਣੀ ਹੈ, ਤਾਂ ਮੈਂ ਬਿਨਾਂ ਸਬਸਟੇਸ਼ਨ ਤੋਂ ਸਿੱਧੀ ਸਪਲਾਈ ਦਿੱਲੀ ਤੱਕ ਦੇ ਸਕਦਾ, ਵਿਦਾਊਟ ਐਨੀ ਸਬਸਟੇਸ਼ਨ, ਵਿਦਾਊਟ ਐਨੀ ਟ੍ਰਾਂਸਫਾਰਮਰ। ਕਿਉਂ ਦੇ ਸਕਦਾ? ਕਿਉਂਕਿ ਮੇਰਾ ਜਿਹੜਾ ਮੈਟਲ ਆ ਉਹ ਕੀ ਆ, ਇਸ 'ਚ ਉਸ ਪੋਜੀਸ਼ਨ ਦੇ ਵਿੱਚ ਸੁਪਰ ਕੰਡਕਟਰ ਆ, ਉਹਦੀ ਰਜਿਸਟੈਂਸ ਜ਼ੀਰੋ, ਉਹ 'ਚ ਕੋਈ ਪਾਵਰ ਲੋਸ ਨਹੀਂ ਆ, ਕੋਈ ਵੋਲਟੇਜ ਡ੍ਰੌਪ ਨਹੀਂ ਹੈ। ਠੀਕ ਆ, ਸੋ ਇੰਨਾ ਜ਼ਿਆਦਾ ਫਾਇਦਾ ਆ ਮੈਨੂੰ ਸੁਪਰ ਕੰਡਕਟਰ ਦਾ। ਅਦਰਵਾਈਜ਼ ਕੀ ਆ, ਜੇ ਮੈਂ ਹੁਣ ਪੰਜਾਬ ਤੋਂ ਦਿੱਲੀ ਤੱਕ ਇੱਕ ਟ੍ਰਾਂਸਮਿਸ਼ਨ ਲਾਈਨ ਲੈ ਕੇ ਜਾਣੀ ਆ, ਤਾਂ ਮੈਨੂੰ ਰਾਸਤੇ 'ਚ ਬਹੁਤ ਜਗ੍ਹਾ ਉਹਨੂੰ ਸਟੈਪ ਅਪ ਅਤੇ ਸਟੈਪ ਡਾਊਨ ਕਰਨ ਵਾਸਤੇ ਕੀ ਆ, ਸਬਸਟੇਸ਼ਨ ਲਾਉਣੇ ਪੈਣੇ ਆ, ਤਾਂ ਕਿ ਜਿਹੜੀ ਉਹਦੀ ਕਈ ਜਗ੍ਹਾ 'ਤੇ ਕਪੈਸਿਟਰ ਬੈਂਕ ਲਾਉਣੇ ਪੈਣੇ, ਤਾਂ ਕਿ ਜਿਹੜੀ ਪਾਵਰ ਆ ਉਹ ਸੇਮ ਰਹੇ, ਪਾਵਰ ਜਿਹੜੀ ਉਹ ਚੇਂਜ ਨਾ ਹੋਵੇ। ਬਟ ਜੇ ਮੈਂ ਸੁਪਰ ਕੰਡਕਟਰ ਯੂਜ਼ ਕਰਦਾ, ਤਾਂ ਮੈਂ ਕੀ ਆ, ਮੈਨੂੰ ਕਿਸੇ ਸਬਸਟੇਸ਼ਨ ਦੀ ਲੋੜ ਪੈਣੀ, ਮੈਂ ਡਾਇਰੈਕਟਲੀ ਟ੍ਰਾਂਸਮਿਸ਼ਨ ਲਾਈਨ 'ਤੇ ਪੰਜਾਬ ਤੋਂ ਦਿੱਲੀ ਤੱਕ ਪਹੁੰਚਾ ਸਕਦਾ। ਬਾਕੀ ਜਿਹੜਾ ਇਹ ਮਟੀਰੀਅਲ ਹੁੰਦਾ ਨਾ ਸੁਪਰ ਕੰਡਕਟਰ, ਇਹਨੂੰ ਬਣਾਉਣਾ ਕੋਈ ਈਜ਼ੀ ਨਹੀਂ ਹੁੰਦਾ। ਆਪਾਂ ਕਹਿ ਤਾਂ ਦਿੰਦੇ ਹਾਂ ਵੀ ਟੈਂਪਰੇਚਰ ਘਟਾ ਤਾ, ਬਟ ਹੁਣ ਤੁਸੀਂ ਇਹ ਦੇਖਣਾ, ਹੁਣ ਮੇਰਾ ਮਰਕਰੀ ਦੀ ਐਗਜ਼ਾਮਪਲ ਚਲੋ ਮੈਂ ਲੈਣਾ, ਮਰਕਰੀ 268 ਡਿਗਰੀ ਸੈਲਸੀਅਸ 'ਤੇ ਜਾ ਕੇ ਤਾਂ ਮੇਰਾ ਕੀ ਬਣਦੀ, ਸੁਪਰ ਕੰਡਕਟਰ ਬਣ ਜਾਂਦੀ ਆ -268 'ਤੇ। ਬਟ ਹੁਣ ਜੇ ਮੈਂ -268 'ਤੇ ਮੰਨ ਲਓ ਇਹਨੂੰ ਲੈ ਕੇ ਆਉਣਾ, ਤਾਂ -268 'ਤੇ ਇਹਨੂੰ ਮੇਨਟੇਨ ਵੀ ਕਰਕੇ ਰੱਖਣਾ ਪੈਣਾ। ਠੀਕ ਆ, ਸੋ ਸਭ ਤੋਂ ਮੇਨ ਪ੍ਰੋਬਲਮ ਜਿਹੜੀ ਆ ਉਹੀ ਆ ਜਾਂਦੀ ਆ ਕਿ ਸੁਪਰ ਕੰਡਕਟਰ ਜਿਹੜਾ ਆ ਉਹਨੂੰ ਬਣਾਉਣਾ ਕੋਈ ਸੌਖੀ ਚੀਜ਼ ਨਹੀਂ ਆ, ਕਿਉਂਕਿ ਜਿਸ ਟੈਂਪਰੇਚਰ 'ਤੇ ਜਾ ਕੇ ਉਹਨੇ ਸੁਪਰ ਕੰਡਕਟਰ ਬਣਨਾ, ਜਿਹਨੂੰ ਆਪਾਂ ਟ੍ਰਾਂਜੀਸ਼ਨ ਟੈਂਪਰੇਚਰ ਵੀ ਕਹਿੰਦੇ ਹਾਂ, ਉਹ ਟ੍ਰਾਂਜੀਸ਼ਨ ਟੈਂਪਰੇਚਰ ਜਿਹੜਾ ਉਹਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਮੁਸ਼ਕਿਲ ਆ। ਸੋ ਇਹਦੇ ਉੱਪਰ ਕਾਫੀ ਰਿਸਰਚ ਅਤੇ ਐਕਸਪੈਰੀਮੈਂਟ ਵੀ ਚੱਲ ਰਹੇ ਆ, ਬਟ ਮੇਨ ਡਿਫੀਕਲਟੀ ਇਹੀ ਆ ਰਹੀ ਆ ਕਿ ਜਿਹੜਾ ਜੇ ਮੰਨ ਲਓ ਮਰਕਰੀ ਨੂੰ ਸੁਪਰ ਕੰਡਕਟਰ ਬਣਦਾ, -268 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਕਿ ਟ੍ਰਾਂਜੀਸ਼ਨ ਟੈਂਪਰੇਚਰ ਆ ਜਿੱਥੇ ਜਾ ਕੇ ਕੰਡਕਟਰ ਸੁਪਰ ਕੰਡਕਟਰ ਬਣਨਾ, ਉਹ ਕਿੱਦਾਂ ਮੇਨਟੇਨ ਕਰਕੇ ਰੱਖਾਂ ਮੈਂ, ਉਹ ਮੇਨ ਪ੍ਰੋਬਲਮ ਹੁੰਦੀ ਹੈ। ਕਿਉਂਕਿ ਆਪਣੇ ਸਪੈਸ਼ਲੀ ਇੰਡੀਆ ਦੇ ਵਿੱਚ ਜਿੱਦਾਂ ਗਰਮ ਮੌਸਮ ਆ, ਇੱਥੇ ਤਾਂ ਆਪਾਂ ਨੂੰ ਉਹ ਮੇਨਟੇਨ ਕਰਕੇ ਰੱਖਣਾ ਹੋਰ ਵੀ ਮੁਸ਼ਕਿਲ ਚੀਜ਼ ਆ। ਸੋ ਉਹਦੇ ਉੱਪਰ ਹਜੇ ਵੀ ਐਕਸਪੈਰੀਮੈਂਟ ਜਿਹੜੇ ਆ ਉਹ ਚੱਲ ਰਹੇ ਆ। ਸੋ ਆਹ ਦੇਖੋ ਇੱਕ ਗ੍ਰਾਫ ਬਣਿਆ ਹੋਇਆ ਆ ਇਹਦੇ ਵਿੱਚ, ਇਹਦੇ ਵਿੱਚ ਜਿਹੜਾ ਆਹ ਪੁਆਇੰਟ ਆ ਦੇਖੋ, ਜਿਹੜਾ ਇਹ ਪੁਆਇੰਟ ਆ, ਸੋਰੀ ਜਿਹੜਾ ਆਹ ਪੁਆਇੰਟ ਆ, ਆਹ ਦੇਖੋ 4.22 ਜਿਹੜਾ, ਆਹ ਦੇਖੋ 4.22 ਕੀ ਆ ਇਹਦਾ ਟੈਂਪਰੇਚਰ ਆ, ਕਿਹੜਾ ਟੈਂਪਰੇਚਰ ਹੈ, ਟ੍ਰਾਂਜੀਸ਼ਨ ਟੈਂਪਰੇਚਰ। ਜਿਹੜਾ ਗ੍ਰਾਫ ਤੁਸੀਂ ਦੇਖ ਰਹੇ ਆ ਇਹ ਮਰਕਰੀ ਦਾ ਗ੍ਰਾਫ ਆ, ਵੀ ਜਦੋਂ ਮਰਕਰੀ ਸੁਪਰ ਕੰਡਕਟਰ ਬਣਦਾ ਕਿਸ ਸਟੇਟ 'ਤੇ ਜਾ ਕੇ ਬਣਦਾ। ਸੋ 4.22 ਕੈਲਵਿਨ ਟੈਂਪਰੇਚਰ ਜਦੋਂ ਹੁੰਦਾ ਨਾ, ਇਸ ਟੈਂਪਰੇਚਰ ਦੇ ਉੱਪਰ ਕੀ ਹੋਊਗਾ, ਜਿਹੜੀ ਮੇਰੀ ਰਜਿਸਟੈਂਸ ਹੋਊਗੀ ਜ਼ੀਰੋ ਹੋਊਗੀ। ਆ ਦੇਖੋ ਇਸ ਪੁਆਇੰਟ 'ਤੇ ਕੀ ਆ, ਰਜਿਸਟੈਂਸ ਜ਼ੀਰੋ ਆ। ਸੋ ਇਸ ਪੁਆਇੰਟ ਦੇ ਉੱਪਰ ਜਿਹੜੀ ਮੇਰੀ ਮਰਕਰੀ ਹੋਊਗੀ ਉਹ ਸੁਪਰ ਕੰਡਕਟਰ ਬਣ ਜੂਗੀ। ਫਿਰ ਇਸ ਤੋਂ ਬਾਅਦ ਜਦੋਂ ਮੈਂ ਟੈਂਪਰੇਚਰ ਜਿਹੜਾ ਆ ਹੌਲੀ ਹੌਲੀ ਆਪਣਾ ਇਨਕਰੀਜ਼ ਕਰਦਾ ਜਾਊਂਗਾ, ਤਾਂ ਕੀ ਹੋਊਗਾ, ਜਿਹੜੀ ਮੇਰੀ ਰਜਿਸਟੈਂਸ ਆ ਉਹ ਇਨਕਰੀਜ਼ ਹੁੰਦੀ ਜਾਊਗੀ, ਅਤੇ ਇੱਕ ਪਰਟੀਕੁਲਰ ਪੁਆਇੰਟ 'ਤੇ ਆ ਕੇ ਮੇਰੀ ਜਿਹੜੀ ਰਜਿਸਟੈਂਸ ਆ ਉਹ ਮਟੀਰੀਅਲ ਦੀ ਕੀ ਹੋਊਗੀ, ਕੌਂਸਟੈਂਟ ਹੋ ਜੂਗੀ। ਠੀਕ, ਸੋ ਕੰਡੀਸ਼ਨ ਕੀ ਕੀ ਹੁੰਦੀ ਆ ਸੁਪਰ ਕੰਡਕਟਰ ਮਟੀਰੀਅਲ, ਇਹ ਨਹੀਂ ਆ ਵੀ ਕੋਈ ਵੀ ਮਟੀਰੀਅਲ ਚੱਕ ਲਿਆ ਤਾਂ ਚਲੋ ਜੀ ਇਹਨੂੰ ਸੁਪਰ ਕੰਡਕਟਰ ਬਣਾ ਦਈਏ, ਇੱਦਾਂ ਦੀ ਨਹੀਂ ਹੁੰਦੀ। ਉਹਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮੇਰਾ ਜਿਹੜਾ ਜਿੰਨੇ ਵੀ ਮੇਰੇ ਮੋਨੋਵਲੈਂਟਸ ਹੈਗੇ ਆ ਉਹ ਕਦੀ ਵੀ ਸੁਪਰ ਕੰਡਕਟਰ ਨਹੀਂ ਬਣ ਸਕਦੇ। ਸੋ ਮੋਨੋਵਲੈਂਟਸ ਕੀ, ਮੋਨੋਵਲੈਂਟ ਦੇਖੋ ਨਾਮ ਤੋਂ ਹੀ ਪਤਾ ਲੱਗਦਾ ਪਿਆ, ਮੋਨੋ ਦਾ ਮਤਲਬ ਹੁੰਦਾ ਵਨ,
ਯਾਨੀ ਕਿ ਮੋਨੋਵੈਲੈਂਟ ਦਾ ਕੀ ਮਤਲਬ ਹੁੰਦਾ, ਵੈਲੈਂਟ ਕੀ ਹੋ ਗਿਆ, ਜਿਹੜਾ ਆਪਣਾ ਵੈਲੈਂਸ ਬੈਂਡ ਹੋ ਗਿਆ, ਯਾਨੀ ਕਿ ਜਿਹੜਾ ਲਾਸਟ ਆਊਟਰ ਮੋਸਟ ਆਰਬਿਟ ਹੁੰਦਾ ਆ ਉਹ ਵੈਲੈਂਸ ਨੂੰ ਰੈਫਰ ਕਰਦਾ ਪਿਆ। ਸੋ ਮੋਨੋਵੈਲੈਂਟ ਦਾ ਮਤਲਬ ਹੁੰਦਾ ਆ ਕਿ ਉਹ ਵਾਲੇ ਆਪਣੇ ਕੰਡਕਟਰਸ ਜਿਨ੍ਹਾਂ ਦੇ ਆਊਟਰ ਮੋਸਟ ਸ਼ੈੱਲ ਦੇ ਵਿੱਚ, ਯਾਨੀ ਕਿ ਜਿਨ੍ਹਾਂ ਦੇ ਵੈਲੈਂਸ ਸ਼ੈੱਲ ਦੇ ਵਿੱਚ ਸਿਰਫ ਇੱਕ ਇਲੈਕਟ੍ਰੋਨ ਹੋਵੇ, ਉਹ ਕਦੀ ਵੀ ਸੁਪਰ ਕੰਡਕਟਰ ਨਹੀਂ ਬਣ ਸਕਦੇ। ਸੋ ਇੱਥੋਂ ਇਹ ਪ੍ਰੂਵ ਹੋ ਜਾਂਦਾ ਆਪਾਂ ਨੂੰ ਕਿ ਜਿਹੜਾ ਮੇਰਾ ਕਾਪਰ ਆ, ਕਾਪਰ ਕਦੀ ਵੀ ਸੁਪਰ ਕੰਡਕਟਰ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਕਿਉਂਕਿ ਕਾਪਰ ਮੋਨੋਵੈਲੈਂਟ ਆ, ਉਹਦੇ ਆਊਟਰ ਮੋਸਟ ਸ਼ੈੱਲ ਦੇ ਵਿੱਚ ਕੀ ਆ, ਸਿਰਫ ਇੱਕ ਹੀ ਇਲੈਕਟ੍ਰੋਨ ਆ। ਨੈਕਸਟ ਆਉਂਦਾ ਮਟੀਰੀਅਲ, ਫੈਰੋਮੈਗਨੈਟਿਕ ਮਟੀਰੀਅਲਸ ਆਰ ਨੋਟ ਸੁਪਰ ਕੰਡਕਟਰ, ਸੋ ਵੀ ਕੈਨ ਨੋਟ ਮੇਕ ਫੈਰੋਮੈਗਨੈਟਿਕ ਮਟੀਰੀਅਲਸ ਸੁਪਰ ਕੰਡਕਟਰ। ਐਗਜ਼ਾਮਪਲਸ ਆਫ ਫੈਰੋਮੈਗਨੈਟਿਕ ਮਟੀਰੀਅਲਸ ਆਰ ਲਾਈਕ ਆਇਰਨ, ਸਟੀਲ, ਕੋਬਾਲਟ। ਸੋ ਇਹ ਜਿੰਨੇ ਵੀ ਆਇਰਨ, ਸਟੀਲ ਔਰ ਕੋਬਾਲਟ ਜਿਹੜੇ ਆ, ਵੀ ਕੈਨ ਨੋਟ ਮੇਕ ਇਟ ਸੁਪਰ ਕੰਡਕਟਰਸ। ਇਹ ਵੀ ਕੰਡੀਸ਼ਨ ਹੈਗੀ ਆ। ਥਰਡ, ਬਿਸਮੁਥ, ਐਂਟੀਮਨੀ ਜਿਹੜੇ ਆ, ਇਹ ਸੁਪਰ ਕੰਡਕਟਰ ਬਣ ਸਕਦੇ ਆ, ਬਟ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਆ ਆਪਾਂ ਨੂੰ ਇਹਨਾਂ 'ਤੇ ਲਗਾਉਣਾ ਪੈਣਾ। ਫੈਰੋਮੈਗਨੈਟਿਕ ਮਟੀਰੀਅਲ ਸਮਝਦੇ ਆ ਨਾ, ਫੈਰੋਮੈਗਨੈਟਿਕ ਮਟੀਰੀਅਲ ਜਿਹੜੇ ਹੁੰਦੇ ਆ ਉਹ ਮੈਗਨੈਟਿਕ ਮਟੀਰੀਅਲ ਹੁੰਦੇ ਆ ਜਿਹੜੇ ਆਪਣੇ ਵਿੱਚ ਉਹ ਮੈਗਨੈਟਿਕ ਲਾਈਨਸ ਨੂੰ ਈਜ਼ੀਲੀ ਪਾਸ ਆਉਣ ਦਿੰਦੇ ਆ। ਮਤਲਬ ਕਿ ਜੇ ਇੱਦਾਂ ਹੁਣ ਆਇਰਨ ਦੀ ਐਗਜ਼ਾਮਪਲ ਲੈ ਲਓ, ਆਇਰਨ ਕੀ ਆ, ਆਇਰਨ ਦੇ ਨਾਲ ਕਿਉਂ ਈਜ਼ੀਲੀ ਜੁੜ ਜਾਂਦਾ ਮੈਗਨੈਟ, ਕਿਉਂਕਿ ਉਹ ਮੈਗਨੈਟਿਕ ਫੀਲਡ ਨੂੰ ਈਜ਼ੀ ਪਾਥ ਅਲਾਓ ਕਰਦਾ, ਵੀ ਮੈਗਨੈਟਿਕ ਫੀਲਡ ਜਿਹੜਾ ਈਜ਼ੀਲੀ ਉਹਦੇ ਵਿੱਚੋਂ ਪਾਸ ਆਊਟ ਹੋ ਜਾਂਦਾ, ਇਸੇ ਕਰਕੇ ਤਾਂ ਉਹ ਮੈਗਨੈਟ ਜਿਹੜਾ ਹੁੰਦਾ ਮੇਰੇ ਆਇਰਨ ਨਾਲ ਜੁੜ ਜਾਂਦਾ। ਸਿਮਿਲਰਲੀ ਮੇਰੇ ਕੋਲ ਨੈਕਸਟ ਆਉਂਦਾ ਬਿਸਮੁਥ, ਐਂਟੀਮਨੀ ਅਤੇ ਐਂਟੀਮਨੀ ਜਿਹੜੇ ਹੁੰਦੇ ਆ ਇਹ ਸੁਪਰ ਕੰਡਕਟਰ ਬਣ ਸਕਦੇ ਆ, ਬਟ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਉੱਪਰ ਬਣ ਸਕਦੇ ਆ। ਨੈਕਸਟ, ਹੁਣ ਦੇਖੋ ਆਪਾਂ ਨੂੰ ਫਸਟ ਪੁਆਇੰਟ 'ਚ ਕੀ ਪਤਾ ਲੱਗਾ ਸੀਗਾ ਕਿ ਮੋਨੋਵਲੈਂਟ ਆਰ ਨੋਟ ਸੁਪਰ ਕੰਡਕਟਰ। ਮੋਨੋਵਲੈਂਟ ਕਿਹੜੇ ਹੁੰਦੇ? ਜਿਹਨਾਂ ਦੇ ਆਊਟਰ ਮੋਸਟ ਸ਼ੈੱਲ ਦੇ ਵਿੱਚ ਸਿਰਫ ਇੱਕ ਇਲੈਕਟ੍ਰੋਨ ਹੋਵੇ। ਅਤੇ ਆਪਣੀ ਕੰਡੀਸ਼ਨ ਕੀ ਹੁੰਦੀ ਆ ਕਿ ਜੇ ਆਊਟਰ ਮੋਸਟ ਸ਼ੈੱਲ ਦੇ ਵਿੱਚ ਜਿੰਨੇ ਘੱਟ ਇਲੈਕਟ੍ਰੋਨ ਹੋਣਗੇ ਉਨਾ ਹੀ ਵਧੀਆ ਮੇਰਾ ਕੰਡਕਟਰ ਹੋਊਗਾ, ਠੀਕ ਆ। ਸੋ ਹੁਣ ਮੋਨੋਵਲੈਂਟ ਤਾਂ ਕਦੀ ਵੀ ਸੁਪਰ ਕੰਡਕਟਰ ਨਹੀਂ ਬਣ ਸਕਦੇ, ਯਾਨੀ ਕਿ ਜਿਹਨਾਂ ਦੇ ਆਊਟਰ ਮੋਸਟ ਸ਼ੈੱਲ ਦੇ ਵਿੱਚ ਇੱਕ ਇਲੈਕਟ੍ਰੋਨ ਆ। ਸੋ ਜੇ ਉਹ ਨਹੀਂ ਬਣ ਸਕਦੇ ਸੁਪਰ ਕੰਡਕਟਰ, ਇਹਦਾ ਮਤਲਬ ਕੀ ਆ ਕਿ ਮੇਰੇ ਜਿੰਨੇ ਵੀ ਵਧੀਆ ਕੰਡਕਟਰ ਆ ਉਹ ਕਦੀ ਵੀ ਸੁਪਰ ਕੰਡਕਟਰ ਨਹੀਂ ਬਣ ਸਕਦੇ, ਠੀਕ ਆ। ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ। ਤੁਹਾਨੂੰ ਮੈਂ ਥੋੜ੍ਹਾ ਜਿਹਾ ਬਣਾ ਕੇ ਵੀ ਦਿਖਾ ਦਿੰਦਾ। ਲਾਈਕ ਮੰਨ ਲਓ ਆਹ ਮੇਰਾ ਲਾਸਟ ਜਿਹੜਾ ਆ ਔਰਬਿਟ ਆ, ਆਹ ਜਿਹੜਾ ਆ ਮੇਰੇ ਕੋਲ ਲਾਸਟ ਔਰਬਿਟ ਆ, ਕਿਸੇ ਵੀ ਮੇਰੇ ਕੋਲ ਐਟਮ ਆ ਉਹਦਾ, ਠੀਕ ਆ। ਆਹ ਮੇਰਾ ਪੂਰਾ ਹੋ ਗਿਆ ਐਟਮ ਹੋ ਗਿਆ। ਇਹਦੇ ਵਿੱਚ ਸੈਂਟਰ ਦੇ ਵਿੱਚ ਕੀ ਹੁੰਦਾ, ਹਮੇਸ਼ਾ ਸੈਂਟਰ ਦੇ ਵਿੱਚ ਕੀ ਹੁੰਦਾ, ਨਿਊਕਲੀਅਸ ਹੁੰਦਾ ਸੈਂਟਰ ਦੇ ਵਿੱਚ। ਸੈਂਟਰ ਦੇ ਵਿੱਚ ਕੀ ਹੁੰਦਾ ਮੇਰੇ ਕੋਲ? ਨਿਊਕਲੀਅਸ ਹੁੰਦਾ ਸਾਰਾ, ਨਿਊਕਲੀਅਸ ਦਾ ਪਾਰਟ ਆ ਸੈਂਟਰ ਦੇ ਵਿੱਚ। ਸੋ ਜਿਹੜੇ ਨੋਰਮਲ ਮੇਰੇ ਕੋਲ ਹੋਣਗੇ, ਇੱਦਾਂ ਮੇਰੇ ਕੋਲ ਇਲੈਕਟ੍ਰੋਨਸ ਹੁੰਦੇ ਆ ਉਹਨਾਂ ਦੇ ਉੱਪਰ, ਠੀਕ ਆ। ਅਤੇ ਆਊਟਰ ਮੋਸਟ ਸ਼ੈੱਲ ਦੇ ਵਿੱਚ ਵੀ ਇਲੈਕਟ੍ਰੋਨਸ ਹੁੰਦੇ ਆ। ਸੋ ਜਿੰਨੇ ਵੀ ਵਧੀਆ ਕੰਡਕਟਰ ਹੁੰਦੇ ਨਾ, ਆਪਾਂ ਕਹਿੰਦੇ ਵੀ ਉਹਨਾਂ ਦੇ ਜਿਹੜੇ ਆਊਟਰ ਮੋਸਟ ਸ਼ੈੱਲ ਹੁੰਦਾ ਨਾ, ਜਿੰਨੇ ਵੀ ਵਧੀਆ ਕੰਡਕਟਰ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੋਣਗੇ, ਇਲੈਕਟ੍ਰੋਨਸ ਜਿਹੜੇ ਹੋਣਗੇ ਨਾ ਹਮੇਸ਼ਾ ਚਾਰ ਤੋਂ ਘੱਟ ਹੋਣਗੇ, ਲੈੱਸ ਦੈਨ ਕੀ ਹੋਣਗੇ, ਫੋਰ ਹੋਣਗੇ, ਲੈੱਸ ਦੈਨ ਫੋਰ। ਸੋ ਲੈੱਸ ਦੈਨ ਫੋਰ ਹੋਣਗੇ ਤਾਂ ਹੀ ਉਹ ਕੀ ਹੋਊਗਾ, ਵਧੀਆ ਕੰਡਕਟਰ ਹੋਊਗਾ। ਬਟ ਹੁਣ ਇੱਥੇ ਤਾਂ ਇਹਨੇ ਕੰਡੀਸ਼ਨ ਹੋਰ ਹੀ ਕੋਈ ਲਾ ਦਿੱਤੀ ਹੈ। ਇੱਥੇ ਕਹਿੰਦਾ ਵੀ ਮੋਨੋਵਲੈਂਟ ਤਾਂ ਕਦੀ ਸੁਪਰ ਕੰਡਕਟਰ ਹੋ ਹੀ ਨਹੀਂ ਸਕਦੇ। ਮੋਨੋਵਲੈਂਟ ਮਤਲਬ ਕਿ ਜਿਹੜੇ ਲਾਸਟ ਦੇ ਵਿੱਚ ਇੱਕ ਇਲੈਕਟ੍ਰੋਨ ਹੁੰਦਾ। ਸੋ ਇਹ ਤੋਂ ਇਹ ਵੀ ਪ੍ਰੂਫ ਹੋ ਗਿਆ ਕਿ ਜੇ ਕੋਈ ਵਧੀਆ ਕੰਡਕਟਰ ਆ ਮੇਰੇ ਕੋਲ, ਜਿਹਨੂੰ ਮੈਂ ਮੰਨਦਾ ਕਿ ਹਾਂ ਇਹ ਬਹੁਤ ਵਧੀਆ ਕੰਡਕਟਰ ਆ, ਉਹ ਕਦੀ ਵੀ ਸੁਪਰ ਕੰਡਕਟਰ ਨਹੀਂ ਹੋ ਸਕਦਾ। ਸੋ ਜਿਹੜਾ ਕਾਪਰ ਆ ਉਹਨੂੰ ਆਪਾਂ ਕਹਿ ਸਕਦੇ ਵੀ ਕਾਪਰ ਕਦੀ ਵੀ ਜਿਹੜਾ ਮੇਰਾ ਸੁਪਰ ਕੰਡਕਟਰ ਨਹੀਂ ਹੋ ਸਕਦਾ। ਨੈਕਸਟ ਮੇਰੇ ਕੋਲ ਟੇਬਲ ਆ ਜਿਹਦੇ ਵਿੱਚ ਮੈਟਲ ਦੇ ਨਾਮ, ਜਿਹੜੇ ਜਿਹੜੇ ਮੈਟਲ ਨੂੰ ਮੈਂ ਸੁਪਰ ਕੰਡਕਟਰ ਬਣਾ ਸਕਦਾ, ਯਾਨੀ ਕਿ ਜਿਨ੍ਹਾਂ 'ਤੇ ਟੈਸਟ ਕੀਤੇ ਵੀ ਹੋਏ ਆ, ਉਹ ਮੈਟਲ ਜਿਹੜੇ ਆ ਕਿਸ ਟੈਂਪਰੇਚਰ 'ਤੇ ਜਾ ਕੇ ਸੁਪਰ ਕੰਡਕਟਰ ਬਣਦੇ ਆ, ਯਾਨੀ ਕਿ ਕਿਹੜਾ ਉਹਨਾਂ ਦਾ ਟ੍ਰਾਂਜੀਸ਼ਨ ਟੈਂਪਰੇਚਰ ਆ, ਉਹ ਇੱਥੇ ਟੇਬਲ ਦੇ ਵਿੱਚ ਲਿਖਿਆ ਹੋਇਆ। ਜਿੱਦਾਂ ਐਲੂਮੀਨੀਅਮ ਦਾ 1.4 ਡਿਗਰੀ ਕੈਲਵਿਨ, ਜ਼ਿੰਕ ਦਾ 0.80 ਡਿਗਰੀ ਕੈਲਵਿਨ, ਅਤੇ ਲੈੱਡ ਦਾ 7.26 ਕੈਲਵਿਨ, ਮਰਕਰੀ 4.22। ਗ੍ਰਾਫ ਦੇ ਵਿੱਚ ਤੁਸੀਂ ਦੇਖਦਾ 4.22 ਦੇ ਉੱਪਰ ਰਜਿਸਟੈਂਸ ਜ਼ੀਰੋ ਹੁੰਦੀ ਮਰਕਰੀ ਦੇ ਵਿੱਚ। ਕਾਪਰ ਸਲਫਾਈਡ ਦਾ 1.6 ਡਿਗਰੀ ਕੈਲਵਿਨ। ਸੋ ਇਹ ਤੁਸੀਂ ਆਪਣਾ ਟੇਬਲ ਬਣਾ ਲੈਣਾ। ਨੈਕਸਟ ਮੇਰੇ ਕੋਲ ਆਉਂਦਾ ਐਪਲੀਕੇਸ਼ਨ। ਸੋ ਐਪਲੀਕੇਸ਼ਨ ਇਹਦੀਆਂ ਬਹੁਤ ਸਾਰੀਆਂ ਆ ਜਾਂਦੀਆਂ। ਜਿੱਥੇ ਵੀ ਮੈਂ ਆਪਣਾ ਇਲੈਕਟ੍ਰੀਕਲ ਕਰੰਟ ਜਿਹੜਾ ਯੂਜ਼ ਕਰਦਾ, ਜਿੱਥੇ ਵੀ ਮੈਂ ਆਪਣਾ ਨੋਰਮਲ ਕੰਡਕਟਰ ਯੂਜ਼ ਕਰਦਾ ਹਾਂ, ਉਹ ਸਾਰੀਆਂ ਹੀ ਜਗ੍ਹਾ ਦੇ ਉੱਪਰ ਮੈਂ ਆਪਣਾ ਸੁਪਰ ਕੰਡਕਟਰ ਵੀ ਯੂਜ਼ ਕਰ ਸਕਦਾ। ਜਿੰਨੀਆਂ ਵੀ ਜਗ੍ਹਾ ਦੇ ਉੱਪਰ ਮੈਂ ਕੰਡਕਟਰ ਨੋਰਮਲ ਯੂਜ਼ ਕਰਦਾ, ਉੱਥੇ ਸੁਪਰ ਕੰਡਕਟਰ ਵੀ ਯੂਜ਼ ਕਰ ਸਕਦਾ। ਸੋ ਇਲੈਕਟ੍ਰੀਕਲ ਮੋਟਰ ਬਣਾ ਸਕਦਾ ਮੈਂ ਸੁਪਰ ਕੰਡਕਟਰ ਨਾਲ। ਇਲੈਕਟ੍ਰੀਕਲ ਮੋਟਰ ਬਣਾਉਣ ਦੇ ਵਿੱਚ ਫਾਇਦਾ ਕੀ ਹੋਊਗਾ ਮੈਨੂੰ? ਉਹਦੀ ਜਿਹੜੀ ਐਫੀਸ਼ੀਐਂਸੀ ਹੋਊਗੀ ਉਹ 100% ਹੋਊਗੀ। ਹੁਣ ਕੀ ਹੁੰਦਾ ਮੇਰੇ ਕੋਲ, ਹੁਣ ਜਿਹੜੇ ਮੇਰੇ ਆਪਣੇ ਮੋਟਰਸ ਹੁੰਦੀਆਂ ਉਹਦੇ ਵਿੱਚ ਕਾਪਰ ਲੋਸ ਹੁੰਦੇ ਆ, ਆਇਰਨ ਲੋਸ ਹੁੰਦੇ ਆ, ਠੀਕ ਆ। ਅਤੇ ਬਟ ਜਿਹੜੀ ਸੁਪਰ ਕੰਡਕਟਰ ਹੋਊਗਾ ਉਹਦੇ ਵਿੱਚ ਕੋਈ ਆਇਰਨ ਲੋਸ ਨਹੀਂ ਹੋਣਾ, ਕੋਈ ਕਾਪਰ ਲੋਸ ਨਹੀਂ ਹੋਣਾ, ਅਤੇ ਮੇਰੀ ਜਿਹੜੀ ਮੋਟਰ ਹੋਊਗੀ ਉਹ ਕੀ ਆ, 100% ਐਫੀਸ਼ੀਐਂਸੀ ਦਊਗੀ। ਨੈਕਸਟ ਆਉਂਦਾ ਪਾਵਰ ਕੇਬਲਸ।
ਸੋ ਪਾਵਰ ਜਿਹੜੀ ਆਪਾਂ ਲੰਬੇ ਡਿਸਟੈਂਸ ਤੇ ਭੇਜ ਸਕਦੇ ਹਾਂ ਬਿਨਾਂ ਕਿਸੇ ਲੌਸ ਦੇ ਉੱਪਰ, ਜਿੱਦਾਂ ਤੁਹਾਨੂੰ ਮੈਂ ਐਗਜ਼ਾਮਪਲ ਵੀ ਦੇ ਦਿੱਤੀ ਸੀਗੀ ਕਿ ਪੰਜਾਬ ਤੋਂ ਦਿੱਲੀ ਤੱਕ ਜੇ ਮੈਂ ਉਦਾਂ ਹੁਣ ਨੋਰਮਲ ਐਗਜ਼ਾਮਪਲ ਲਵਾਂ ਤਾਂ ਕਾਫੀ ਵਿੱਚ ਸਬਸਟੇਸ਼ਨ ਲਗਾਉਣੇ ਪੈਣੇ ਆ ਮੈਨੂੰ ਤਾਂ ਕਿ ਪਾਵਰ ਮੇਰੀ ਜਿਹੜੀ ਆ ਸੇਮ ਰਹੇ। ਬਟ ਜੇ ਮੇਰੇ ਕੋਲ ਸੁਪਰ ਕੰਡਕਟਰ ਦੇ ਨਾਲ ਮੈਂ ਪਾਵਰ ਭੇਜਦਾ ਹਾਂ, ਟਰਾਂਸਮਿਟ ਕਰਦਾ ਪੰਜਾਬ ਤੋਂ ਦਿੱਲੀ ਤੱਕ, ਤਾਂ ਮੈਂ ਬਿਨਾਂ ਕਿਸੇ ਸਬਸਟੇਸ਼ਨ ਤੋਂ ਡਾਇਰੈਕਟ ਪਾਵਰ ਭੇਜ ਸਕਦਾ। ਨੈਕਸਟ ਕੀ ਆ, ਮੈਂ ਇਲੈਕਟ੍ਰੋਮੈਗਨੇਟ ਬਣਾ ਸਕਦਾ। ਮੈਂ ਉਹਨਾਂ ਦੇ ਇਲੈਕਟ੍ਰੋਮੈਗਨੇਟ ਹੁੰਦੇ ਆ ਜਿਹਨਾਂ, ਉਹ ਜਦੋਂ ਕਿਸੇ ਮੈਟਲ ਨੂੰ ਆਪਾਂ ਇਲੈਕਟ੍ਰਿਸਿਟੀ ਦੇ ਕੇ ਮੈਗਨੇਟ ਬਣਾਉਂਦੇ ਆ ਨਾ, ਉਹ ਹੁੰਦੇ ਇਲੈਕਟ੍ਰੋਮੈਗਨੇਟ, ਯਾਨੀ ਕਿ ਬਿਜਲੀ ਦੇ ਨਾਲ ਜਿਹੜੇ ਮੈਗਨੇਟ ਬਣਾਉਂਦੇ ਉਹਨੂੰ ਇਲੈਕਟ੍ਰੋਮੈਗਨੇਟ ਕਹਿੰਦੇ ਆ। ਸੋ ਇਲੈਕਟ੍ਰੋਮੈਗਨੇਟ ਬਣਾ ਸਕਦਾ ਜਿਹਨਾਂ ਵਿੱਚ ਕੋਈ ਹੀਟ ਨਹੀਂ ਹੋਊਗੀ। ਨੈਕਸਟ ਮੈਂ ਸੁਪਰ ਕੰਪਿਊਟਰ ਵੀ ਬਣਾ ਸਕਦਾ ਹਾਂ, ਸੁਪਰ ਕੰਡਕਟਰ ਦੇ ਨਾਲ ਕੰਪਿਊਟਰ ਬਣਾ ਸਕਦਾ। ਦੈਨ ਸੁਪਰ ਕੰਡਕਟਰ ਜਨਰੇਟਰ ਵੀ ਬਣਾ ਸਕਦਾ ਹਾਂ, ਇਹ ਬਣਿਆ ਵੀ ਹੋਇਆ ਐਕਚੁਅਲ ਦੇ ਵਿੱਚ। ਜਿਹੜਾ ਸੁਪਰ ਕੰਡਕਟਰ ਤੁਸੀਂ ਨੈਟ 'ਤੇ ਸਰਚ ਵੀ ਕਰ ਸਕਦੇ ਹਾਂ, ਸੁਪਰ ਕੰਡਕਟਰ ਦਾ 50 KV ਦਾ ਜਨਰੇਟਰ ਜਿਹੜਾ ਉਹ ਡਿਜ਼ਾਈਨ ਵੀ ਕੀਤਾ ਜਾ ਚੁੱਕਾ। ਨੈਕਸਟ ਬੇਰਿੰਗ ਮੈਂ ਬਣਾ ਸਕਦਾ ਹਾਂ, ਮੈਗਨੈਟਿਕ ਲੁਬਰੀਕੇਸ਼ਨ ਹੋਊਗੀ ਜਿਹਦੇ ਵਿੱਚ, ਜਿਹਦੇ ਨਾਲ ਕੀ ਆ ਉਹ ਕਦੀ ਵੀ ਖਸੂਗੇ ਨਹੀਂ ਜਿਹੜੇ ਮੇਰੇ ਬੇਰਿੰਗ ਹੋਊਗੇ। ਨੈਕਸਟ ਸੁਪਰ ਕੰਡਕਟਰ ਜਿਹੜੇ ਆ ਇਹਦੇ ਨਾਲ ਆਪਾਂ ਮੋਡੂਲੇਟਰ ਵੀ ਡਿਜ਼ਾਈਨ ਕਰ ਸਕਦੇ ਹਾਂ, ਜਿਹੜੇ ਕਿ ਵੀਕ ਸਿਗਨਲ ਜਿਹੜਾ ਆ ਉਹਨਾਂ ਨੂੰ ਆਡੀਓ ਕਰੰਟ ਆਡੀਓ ਫ੍ਰੀਕੁਐਂਸੀ ਸਿਗਨਲ ਦੇ ਵਿੱਚ ਕਨਵਰਟ ਕਰ ਸਕੇ। ਵੀਕ ਕਰੰਟ ਜਿਹੜਾ ਆਡੀਓ ਫ੍ਰੀਕੁਐਂਸੀ ਕਰੰਟ ਦੇ ਵਿੱਚ, ਮਤਲਬ ਕਿ ਕੀ ਆ ਜਿਹੜਾ ਮੇਰਾ ਵੀਕ ਕਰੰਟ, ਮਤਲਬ ਕਿ ਜਿਹੜਾ ਮੇਰਾ ਵੀਕ ਸਿਗਨਲ ਆ ਜਿਹਦੀ ਫ੍ਰੀਕੁਐਂਸੀ ਘੱਟ ਆ, ਉਹਨੂੰ ਮੈਂ ਆਡੀਓ ਫ੍ਰੀਕੁਐਂਸੀ ਦੇ ਵਿੱਚ ਵੀ ਕੀ ਆ ਕਨਵਰਟ ਕਰ ਸਕਦਾ, ਜ਼ਿਆਦਾ ਫ੍ਰੀਕੁਐਂਸੀ 'ਚ ਕਨਵਰਟ ਕਰ ਸਕਦਾ ਸੁਪਰ ਕੰਡਕਟਰ ਨੂੰ ਯੂਜ਼ ਕਰਕੇ। ਸੋ ਸੁਪਰ ਕੰਡਕਟਰ ਮੈਗਨੇਟ ਜਿਹੜੇ ਹੋਗੇ ਉਹਨਾਂ ਦੀ ਮੈਗਨੈਟਿਕ ਫੀਲਡ ਬਹੁਤ ਜ਼ਿਆਦਾ ਹੋਊਗਾ। ਜਿਹੜੇ ਨੋਰਮਲ ਆਪਾਂ ਮੈਗਨੇਟ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ ਨਾਲ 10,000 ਗੁਣਾ ਜ਼ਿਆਦਾ ਪਾਵਰਫੁੱਲ ਹੋਣਗੇ। ਕਿਉਂ ਪਾਵਰਫੁੱਲ ਹੋਣਗੇ? ਕਿਉਂਕਿ ਕਿਸੇ ਵੀ ਤਰ੍ਹਾਂ ਦਾ ਲੌਸ ਨਹੀਂ ਹੋਣਾ ਮੇਰਾ, ਠੀਕ ਆ। ਉਹਦੇ ਵਿੱਚ ਜਿੱਦਾਂ ਹੁਣ ਨੋਰਮਲ ਜੇ ਆਪਾਂ ਇਲੈਕਟ੍ਰੋਮੈਗਨੇਟ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਲੌਸ ਆ ਜਾਂਦੇ ਆ, ਸਪੈਸ਼ਲੀ ਜਿਹੜੇ ਇਲੈਕਟ੍ਰੋਮੈਗਨੇਟ ਹੁੰਦੇ ਉਹਦੇ ਵਿੱਚ ਹੀਟ ਲੌਸ ਬਹੁਤ ਹੁੰਦਾ, ਠੀਕ ਆ। ਸੋ ਜੇ ਮੇਰਾ ਸੁਪਰ ਕੰਡਕਟਰ ਦਾ ਮੈਗਨੇਟ ਬਣਾਊਗਾ ਤਾਂ ਉਹਦਾ ਮੈਗਨੈਟਿਕ ਫੀਲਡ ਜਿਹੜਾ ਹੋਊਗਾ ਬਹੁਤ ਜ਼ਿਆਦਾ ਹੋਊਗਾ ਅਤੇ 10,000 ਗੁਣਾ ਪਾਵਰਫੁੱਲ ਹੋਣਗੇ ਜਿਹੜੇ ਨੋਰਮਲ ਆਪਣੇ ਕੋਲ ਹੁਣ ਆਪਾਂ ਮੈਗਨੇਟ ਯੂਜ਼ ਕਰਦੇ ਇਹਨਾਂ ਨਾਲ। ਸੋ ਇਹ ਸੀਗਾ ਆਪਣਾ ਕੰਡਕਟਿੰਗ ਮਟੀਰੀਅਲਸ ਦਾ ਟੋਪਿਕ, ਜਿਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਜਿਹੜੀਆਂ ਡਿਸਕਸ ਕੀਤੀਆਂ ਆ। ਮੇਨ ਜਿਹਦੇ ਵਿੱਚ ਦੋ ਟੋਪਿਕ ਸੀਗੇ ਆਪਣੇ ਡਿਸਕਸ ਕਰਨ ਵਾਲੇ, ਇੱਕ ਤਾਂ ਸੀਗਾ ਆਪਣਾ ਲੋਅ ਰਜਿਸਟਿਵ ਕੰਡਕਟਿੰਗ ਮਟੀਰੀਅਲ, ਇੱਕ ਸੀਗਾ ਹਾਈ ਰਜਿਸਟਿਵ ਕੰਡਕਟਿੰਗ ਮਟੀਰੀਅਲ। ਸੋ ਇਹ ਜਿਹੜਾ ਕੰਡਕਟਿੰਗ ਮਟੀਰੀਅਲ ਦਾ ਟੋਪਿਕ ਆ, ਚੈਪਟਰ ਆ, ਇਹ ਜਿਹੜਾ ਆ ਇੱਥੇ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਆਪਾਂ ਕੀ ਆ ਸੈਮੀ ਕੰਡਕਟਿੰਗ ਮਟੀਰੀਅਲ ਜਿਹੜਾ ਇਹ ਸਟਾਰਟ ਕਰਨਾ ਹੈ, ਠੀਕ ਆ। ਬਾਕੀ ਇਹਦੇ ਨਾਲ ਦੀ ਨਾਲ ਨੋਟਸ ਬਣਾਉਣੇ ਆ, ਜੇ ਕੋਈ ਕੁਸਚਨ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹਾਂ। ਥੈਂਕ ਯੂ।